ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਨਾਲ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ, ਸਾਰੇ ਹੀ ਸਾਡੇ AM ਸਟੇਸ਼ਨ 1450 AM ਯੂਬਰ ਸਿਟੀ, 96.5 FM ਯੂਬਰ ਸਿਟੀ, 1470 AM ਸੈਕਰਾਮੈਂਟੋ, 1300 AM ਬੇਕਰਸਫੀਲਡ ਪ੍ਰਿਜ਼ਨੋ ਅਤੇ 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿੰਨੇ ਵੀ ਸਟੇਸ਼ਨਸ ਹੈਗੇ, ਸੈਨ ਹੋਜ਼ੇ, ਬਰਕਲੇ, ਸਟੋਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਲਾਈਵ ਜੁੜੇ ਹੋਏ ਆ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪਹਿਲੇ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਇੰਸ਼ੋਰੈਂਸ ਕਰਵਾ ਸਕਦੇ ਹੋ, ਨੰਬਰ 4862725 ਦੇ ਉੱਤੇ। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਸੁਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟੋਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-7026-9698 ਦੇ ਉੱਤੇ ਜੀ। ਅਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਅਤੇ ਫਿਰ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਆ ਅਤੇ ਜਿਹੜੀ ਮੈਂਡੋਸੀਨੋ ਫਾਇਰ ਹੈਗੀ ਆ ਉਹ ਕਹਿੰਦੇ ਪਈ ਹੁਣ ਕੈਲੀਫੋਰਨੀਆ ਦੀ ਤੀਜੀ ਸਭ ਤੋਂ ਵੱਡੀ ਅੱਗ ਹਿਸਟਰੀ 'ਚ ਹੋ ਰਹੀ ਹੈਗੀ ਆ। 273,000 ਏਕੜ ਜਿਹੜੀ ਆ ਅੱਗ ਦੀ ਜਿਹੜੀ ਸੜਕੇ ਸਵਾਹ ਹੋ ਗਏ ਹੈਗੇ ਆ ਅਤੇ 68 ਦੇ ਕਰੀਬ ਜਿਹੜੇ ਘਰ ਹੈਗੇ ਆ ਉਹ ਸੜ ਚੁੱਕੇ ਹੈਗੇ ਆ। ਅਤੇ ਹੁਣ ਤੱਕ ਜਿੱਦਾਂ ਜੇ ਇੱਧਰ ਦੇਖਿਆ ਜਾਵੇ ਸ਼ਸਤਾ ਕਾਉਂਟੀ ਅਤੇ ਮੈਂਡੋਸੀਨੋ ਕਾਉਂਟੀ ਦੇ ਵਿੱਚ 7 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੈਗੀਆਂ ਆ ਅਤੇ ਹਜੇ ਵੀ ਜਿਹੜੀ ਆ ਉਹ 33% ਦੇ ਕਰੀਬ ਸਿਰਫ ਕੰਟੇਨਡ ਹੋਈ ਹੈਗੀ ਆ। ਅਤੇ ਕਹਿੰਦੇ ਵੀ ਜਿਸ ਤਰ੍ਹਾਂ ਮੈਂ ਦੱਸਿਆ ਵੀ ਤੀਜੀ ਸਭ ਤੋਂ ਵੱਡੀ ਅੱਗ ਜਿਹੜੀ ਹੈਗੀ ਆ ਹਿਸਟਰੀ 'ਚ ਅਤੇ ਹੋ ਸਕਦਾ ਇਹ ਪਹਿਲੀ ਹੋ ਜਾਏ ਆਉਣ ਵਾਲੇ ਕੁਛ। ਇਨਫੈਕਟ ਹੁਣ 10 ਮਿੰਟ ਪਹਿਲਾਂ ਦੀ ਖਬਰ ਆ ਵੀ ਇਹ ਦੂਜੀ ਸਭ ਤੋਂ ਵੱਡੀ ਜਿਹੜੀ ਬਲੇਜ਼ ਆ ਹੋ ਚੁੱਕੀ ਆ। ਹੁਣ ਤੱਕ 426 ਸਕੇਅਰ ਮਾਈਲ ਦਾ ਇਲਾਕਾ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਤਕਰੀਬਨ 3.25 ਲੱਖ ਏਕੜ ਜਿਹੜਾ ਆ ਉਹ ਸੜ ਚੁੱਕਾ ਆ ਰੈਂਚ ਫਾਇਰ ਅਤੇ ਰਿਵਰ ਫਾਇਰ ਦੇ ਵਿੱਚ, ਕਿਉਂਕਿ ਉੱਥੇ ਉਹ ਨੈਸ਼ਨਲ ਪਾਰਕ ਜਿਹੜਾ ਉਹ ਹੈਗਾ ਆ, ਨੈਸ਼ਨਲ ਫੋਰੈਸਟ ਆਪਾਂ ਜਿਹੜੀ ਉਹ ਕਹਿ ਸਕਦੇ ਹਾਂ। ਅਤੇ ਉਹ ਅੱਗ ਇੰਨੀ ਕੁ ਜ਼ਿਆਦਾ ਭਾਂਬੜ ਜਿਹੜੇ ਉਸ ਦੇ ਵਿੱਚ ਮਚੇ ਆ ਵੀ ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਸੜ ਕੇ ਸਵਾਹ ਹੋ ਗਈਆਂ। ਉਹਦੇ ਇਰਦ ਗਿਰਦ ਬਹੁਤ ਸਾਰੇ ਜਿਹੜੇ ਛੋਟੇ ਮੋਟੇ ਜਿਹੜੇ ਹੁਣ ਸ਼ਹਿਰ ਆ ਨਾ ਹੋਰ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਉਹ ਵੀ ਇਸ ਦੀ ਚਪੇਟ ਵਿੱਚ ਆ ਰਹੀਆਂ, ਲਪੇਟ 'ਚ ਆ ਰਹੀਆਂ ਆ। ਦੱਸਦੇ ਨੇ ਜਿਹੜੇ ਉੱਥੋਂ ਦੇ ਲੋਕਲ ਬੰਦੇ ਨੇ, ਕਹਿੰਦੇ ਵੀ ਅੱਜ ਤੋਂ 15-20 ਸਾਲ ਤਕਰੀਬਨ ਉਸ ਸਮਾਂ ਪਹਿਲਾਂ ਇੰਨੀ ਜ਼ਿਆਦਾ ਅੱਗ ਲੱਗੀ ਸੀ ਹਾਈਵੇ 5 ਤੋਂ ਲੈ ਕੇ 101 ਤੱਕ, ਇਹ ਅੱਗ ਜਿਹੜੀ ਪੂਰੀ ਉਸ ਤਰੀਕੇ ਦੇ ਨਾਲ ਉਦੋਂ ਉਹ ਫੈਲੀ ਸੀ। ਸੋ ਉਸੇ ਹੀ ਤਰੀਕੇ ਦਾ ਕਿਤੇ ਨਾ ਕਿਤੇ ਇਹ ਮੰਜ਼ਰ ਬਣ ਰਿਹਾ ਆ। ਅਤੇ ਜਿੱਦਾਂ ਕਹਿ ਸਕਦੇ ਹਾਂ ਵੀ ਹਾਈਵੇ ਟੂ ਹੈਲ ਵਾਲਾ ਗੱਲ ਵੀ ਐਂ ਲੱਗਦਾ ਵੀ ਜਿੱਦਾਂ ਬੰਦਾ ਨਰਕ ਦੇ ਵਿੱਚ ਉੱਥੇ ਆਇਆ ਹੁੰਦਾ ਵੀ ਇੱਦਾਂ ਭਾਂਬੜ ਅੱਗਾਂ ਜਿਹੜੀਆਂ ਉੱਥੇ ਮਚੀਆਂ ਹੋਈਆਂ ਆ। ਜਿਹੜੀ ਥੱਲੇ ਵਾਲੀ ਥੋੜ੍ਹੀ ਫਾਇਰ ਹੈਗੀ ਆ ਰਿਵਰ ਫਾਇਰ, ਉਸ ਦੇ ਉੱਤੇ ਫਿਰ ਵੀ ਉਹਨਾਂ ਨੇ ਜਿਹੜਾ ਕਾਬੂ ਪਾਉਣ ਦੇ ਵਿੱਚ ਥੋੜ੍ਹੀ ਕਾਮਯਾਬੀ ਹਾਸਿਲ ਕੀਤੀ ਹੈ। ਜਿਹੜੀ ਰੈਂਚ ਫਾਇਰ ਮੈਂਡੋਸੀਨੋ ਦੇ ਵਿੱਚ ਆ ਉਹ ਬਿਲਕੁਲ ਬੇਕਾਬੂ ਜਿਹੜੀ ਆ ਇਸ ਟਾਈਮ ਉਹ ਜਲ ਰਹੀ ਆ ਜੀ। ਗਾਰਡਨ ਗਰੋਵ ਏਰੀਆ ਜਿਹੜਾ ਉਹਦੇ ਫਾਇਰ ਕੈਪਟਨ ਥੈਨ ਨੋਇਨ ਜਿਹੜੇ ਆ ਉਹ ਐਕਟਿੰਗ ਸਪੋਕਸਮੈਨ ਵੀ ਹੈਗੇ ਆ ਕੈਲ ਫਾਇਰ ਦੇ ਮਿਡਲ ਟਾਊਨ ਲੇਕ ਕਾਉਂਟੀ ਦੇ ਵਿੱਚ। ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਛ ਹੁਣ ਅੱਗ ਬੁਝਾਉਣ ਨੂੰ ਇਹ ਸਿਰਫ ਜਿਹੜੀਆਂ ਹਵਾਵਾਂ ਆ ਵਿੰਡਸ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ ਆ। ਅਤੇ ਰੀਜ਼ਨ ਕਹਿੰਦੇ ਇਹ ਆ ਵੀ ਸਾਰਾ ਏਰੀਆ ਜਿਹੜਾ ਡਰਾਈ ਹੈਗਾ ਆ, ਜਦੋਂ ਵੀ ਮਾੜੀ ਜਿਹੀ ਕਿਤੇ ਸਟਾਰਟ ਹੁੰਦੀ ਆ ਉਹਨੂੰ ਜਿਹੜਾ ਬੁਝਾਉਣਾ ਆ ਬਹੁਤ ਔਖਾ ਹੋ ਰਿਹਾ ਹੈਗਾ। 2 ਸਾਲ ਪਹਿਲਾਂ ਵੀ ਲੇਕ ਕਾਉਂਟੀ ਜਿਹੜੀ ਆ ਇਹ ਬਹੁਤ ਹਾਰਡ ਹਿੱਟ ਹੋਈ ਆ ਪਿਛਲੇ 5 ਸਾਲਾਂ ਦੇ ਵਿੱਚ ਅੱਗ ਦੇ ਨਾਲ। 2 ਸਾਲ ਪਹਿਲਾਂ ਕਲੇਟਨ ਫਾਇਰ ਦੇ ਵਿੱਚ 4,000 ਏਕੜ ਸੜੇ ਸੀ ਅਤੇ 300 ਦੇ ਕਰੀਬ ਜਿਹੜੀਆਂ ਸਟਰਕਚਰਸ ਆ ਉਹ ਸੜ ਗਈਆਂ ਸੀ, ਜਿਹਦੇ ਵਿੱਚ ਬਹੁਤ ਸਾਰੇ ਮੋਬਲ ਹੋਮ, ਰੈਂਟਲ ਹੋਮ ਵਗੈਰਾ ਸੀ।
ਅਤੇ ਇਸੇ ਤਰ੍ਹਾਂ ਇੱਕ 150 ਸਾਲ ਪੁਰਾਣਾ ਜਿਹੜਾ ਚਰਚ ਆ ਅਤੇ ਨਾਲ ਦੀ ਨਾਲ ਹੈਬੀਟੈਟ ਫੋਰ ਹਿਊਮੈਨਿਟੀ ਦਾ ਔਫਿਸ ਆ ਉਹ ਵੀ ਸੜ ਗਿਆ ਸੀ। ਅਤੇ 2015 ਦੇ ਵਿੱਚ ਜਿਹੜੀ ਲੇਕ ਕਾਉਂਟੀ 'ਚ ਫਾਇਰ ਹੋਈ 1300 ਦੇ ਕਰੀਬ ਕਹਿੰਦੇ ਹੋਮ ਉਹ ਭੇਂਟ ਚੜ੍ਹੇ ਸੀ। ਸੋ ਅੱਗ ਦੇ ਕਾਫੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਬਹੁਤ ਖਤਰਨਾਕ ਚੀਜ਼ ਆ, ਜੇ ਤੁਸੀਂ ਪਿਕਚਰ 'ਚ ਜਾਂ ਤੁਸੀਂ ਯੂਟਿਊਬ ਜਾਂ ਲਾਈਵ ਤੁਸੀਂ ਦੇਖਦੇ ਆ ਜਿਹੜੇ ਟੀ ਵੀ ਵਾਲੇ ਕਵਰ ਕਰਦੇ ਆ, ਅਤੇ ਬਹੁਤ ਹੀ ਜਿਹੜਾ ਖਤਰਨਾਕ ਦ੍ਰਿਸ਼ ਬਣਿਆ ਹੋਇਆ ਹੈਗਾ। ਬਿਲਕੁਲ, ਇਸ ਟਾਈਮ ਹਰਜੋਤ ਸਿੰਘ ਜੀ ਮੈਂਡੋਸੀਨੋ ਕੰਪਲੈਕਸ ਫਾਇਰ ਆ ਉਸਨੂੰ ਕਾਬੂ ਪਾਉਣ ਦੇ ਲਈ ਤਕਰੀਬਨ 4000 ਜਿਹੜੇ ਫਾਇਰ ਫਾਈਟਰ ਆ, ਜਿਹ 'ਚ ਬੁਲਡੋਜ਼ਰ ਚਲਾਉਣ ਵਾਲੇ ਵੀ, ਹੈਲੀਕਾਪਟਰ, ਫਾਇਰ ਇੰਜਨਸ, ਹੋਰ ਜਿਹੜੇ ਗਰਾਊਂਡ ਕਰੂ, ਉਹ ਸਾਰੇ ਮਿਲਾ ਕੇ ਤਕਰੀਬਨ 4000 ਤੋਂ ਵੱਧ ਫਾਇਰ ਫਾਈਟਰ ਇੱਥੇ ਲੱਗੇ ਹੋਏ ਨੇ। ਇਹ ਵੱਖ ਵੱਖ ਹੋਰ ਪ੍ਰਾਂਤਾਂ ਤੋਂ ਵੀ, ਵੱਖ ਵੱਖ ਸੂਬਿਆਂ ਤੋਂ ਵੀ ਜਿਹੜੇ ਆ ਉਹਨਾਂ ਨੂੰ ਵੀ ਜਿਹੜੇ ਆ ਕੇ ਮਦਦ ਜਿਹੜੀ ਇਸ ਟਾਈਮ ਕਰ ਰਹੇ ਆ। ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਬਹੁਤ ਵੱਡੀ ਜਿਹੜੀ ਨੁਕਸਾਨ ਆ ਕੈਲੀਫੋਰਨੀਆ ਦੇ ਵਿੱਚ ਹੋਇਆ ਆ, ਅਤੇ ਉਮੀਦ ਇਹੀ ਆ ਵੀ ਜਲਦੀ ਜਲਦੀ ਇਹਨਾਂ ਅੱਗਾਂ ਉੱਤੇ ਜਿਹੜਾ ਕਾਬੂ ਪਾਇਆ ਜਾ ਸਕੇ। ਪਰ ਜਿੱਦਾਂ ਪਹਿਲਾਂ ਵੀ ਦੱਸਿਆ ਆ ਵੀ ਇਸ ਦੇ ਉੱਤੇ ਬਹੁਤ ਮੁਸ਼ਕਲ ਜਿਹੜੀ ਇਸ ਟਾਈਮ, ਕਿਉਂਕਿ ਹਵਾਵਾਂ ਦਾ ਰੁੱਖ ਦਾ ਜਿਹੜਾ ਪਤਾ ਨਹੀਂ ਲੱਗ ਰਿਹਾ। ਆ 2 ਦਿਨ ਪਹਿਲਾਂ ਆਪਾਂ ਜਦੋਂ ਇੱਥੇ ਸੀ ਬੇਰੀਏ ਦੇ ਵਿੱਚ, ਬਹੁਤ ਹਵਾਵਾਂ ਜਿਹੜੀਆਂ ਆ ਰਹੀਆਂ ਸੀਗੀਆਂ, ਤਾਂ ਉੱਥੋਂ ਇਹਦਾ ਮਤਲਬ ਆ ਵੀ ਉੱਧਰ ਵੀ ਕਿੰਨੀਆਂ ਹਵਾਵਾਂ ਜਿਹੜੀਆਂ ਚੱਲੀਆਂ ਹੋਣਗੀਆਂ, ਅਤੇ ਇਸ ਕਰਕੇ ਜਿਹੜੀ ਅੱਗ ਆ ਉਹ ਬੇਕਾਬੂ ਜਿਹੜੀ ਆ ਉਹ ਹੋ ਜਾਂਦੀ ਆ। ਸੋ ਹੁਣ ਫਾਇਰ ਫਾਈਟਰ ਆ ਉਹ ਥੋੜ੍ਹੀ ਪਰਿਓਂ ਜਿਹੜੀ ਜਾ ਕੇ ਆ ਅੰਦਰ ਨੂੰ, ਅੱਗ ਜਿਸ ਪਾਸੇ ਵੱਲ ਨੂੰ ਵੱਧ ਰਹੀ ਉੱਧਰ ਨੂੰ ਜਿਹੜੇ ਉਹ ਆ ਰਹੇ ਨੇ ਬੁਲਡੋਜ਼ਰ ਦੇ ਨਾਲ, ਸਾਰਾ ਕੁਛ ਉਹ ਵਿੱਚੋਂ ਵਿੱਚੋਂ ਜਿਹੜੀ ਫਾਇਰ ਲਾਈਨਸ ਆ ਉਹ ਕ੍ਰੀਏਟ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਿਹਾ। ਦਿਨ ਰਾਤ ਜਿਹੜੀ ਮਿਹਨਤ ਇਸ ਟਾਈਮ ਆ ਉਹ ਲੱਗੇ ਹੋਏ ਨੇ ਫਾਇਰ ਫਾਈਟਰਸ ਕਰਨੀ ਵੀ, ਇਸ ਨੂੰ ਅੱਗ ਨੂੰ ਕਾਬੂ ਪਾਇਆ ਜਾ ਸਕੇ। ਸੋ ਜੇ ਦੱਸਿਆ ਦੇਖਿਆ ਜਾਵੇ ਰਾਈਡਿੰਗ ਏਰੀਏ ਦੇ ਵਿੱਚ, ਕਹਿੰਦੇ ਕੁਛ ਕੁ ਜਿਹੜੇ ਏਰੀਏ ਹੈਗੇ ਆ ਨੇਬਰਹੁੱਡਸ ਆ ਉੱਥੇ ਦੇ ਜਿਹੜੇ ਰੈਜੀਡੈਂਟ ਸੀ ਉਹਨਾਂ ਨੇ ਵਾਪਸ ਮੁੜਨਾ ਸ਼ੁਰੂ ਕਰ ਦਿੱਤਾ ਆ। 1000 ਦੇ ਕਰੀਬ ਉੱਥੇ ਵੀ ਜਿਹੜੀਆਂ ਘਰ ਜਿਹੜੇ ਡਿਸਟਰੋਏ ਹੋਏ ਆ, ਅਤੇ 1,60,000 ਏਕੜ ਜਿਹੜੇ ਆ ਅੱਗ ਦੇ ਨਾਲ ਜਿਹੜੇ ਆ ਡਿਸਟਰੋਏ ਹੋਏ ਹੈਗੇ ਆ। ਅਤੇ ਉਸ ਏਰੀਏ ਦੇ ਵਿੱਚ 43% ਜਿਹੜੀ ਸਿਰਫ ਅੱਗ ਆ ਉਹ ਕੰਟੇਨਡ ਹੋਈ ਹੈਗੀ ਆ। ਹੁਣ ਤੱਕ ਜੇ ਕੈਲੀਫੋਰਨੀਆ ਦੀ ਹਿਸਟਰੀ ਦੱਸਦੇ ਜਾਈਏ, ਜਿਹੜੀਆਂ ਹੁਣ ਰਾਈਟ ਨਾਓ 18 ਦੇ ਕਰੀਬ ਜਿਹੜੀਆਂ ਵਾਇਲਡ ਫਾਇਰ ਲੱਗੀਆਂ ਹੋਈਆਂ ਪੂਰੇ ਕੈਲੀਫੋਰਨੀਆ ਦੇ ਵਿੱਚ, 15,000 ਦੇ ਕਰੀਬ ਜਿਹੜੇ ਫਾਇਰ ਫਾਈਟਰ ਆ ਉਹ ਇਹਨਾਂ ਅੱਗਾਂ ਨੂੰ ਫਾਈਟ ਕਰ ਰਹੇ ਹੈਗੇ ਆ। ਅਤੇ ਟੋਟਲ 5,59,000 ਏਕੜ ਹੁਣ ਤੱਕ ਜਿਹੜੇ ਆ ਅੱਗ ਦੇ ਨਾਲ ਸੜ ਚੁੱਕੇ ਹੈਗੇ ਆ, ਅਤੇ 17,000 ਘਰ ਜਿਹੜੇ ਉਹ ਬਹੁਤ ਖਤਰੇ ਦੇ ਨਿਸ਼ਾਨ ਦੇ ਉੱਤੇ ਆ ਇਹ ਅੱਗਾਂ ਦੇ ਲੱਗੇ। ਜੀ ਜੀ ਜੀ, ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਨੁਕਸਾਨ ਆ ਉਹ ਹੋ ਰਿਹਾ ਹੈਗਾ ਆ। ਸੋ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਜੇ ਇਹਦੇ ਨਾਲ ਇੱਕ ਖਬਰ ਹੋਰ ਆਪਾਂ ਜ਼ਰੂਰ ਸਾਂਝੀ ਕਰਨੀ ਆ ਅੱਗਾਂ ਦੇ ਨਾਲ, ਕਹਿੰਦੇ ਵੀ ਜਿਹੜਾ ਸਭ ਤੋਂ ਅਗਲਾ ਇੱਕ ਤਰ੍ਹਾਂ ਨਾਲ ਸਭ ਤੋਂ ਖਤਰਨਾਕ ਜਿਹੜੇ ਕੈਲੀਫੋਰਨੀਆ ਦੇ ਵਿੱਚ ਚੀਜ਼ ਲੋਕਾਂ ਨੂੰ ਇਫੈਕਟ ਕਰਨ ਜਾ ਰਹੀ ਆ ਉਹ ਘਰਾਂ ਦੀ ਇੰਸ਼ੋਰੈਂਸ ਹੈਗੀ ਆ। ਇੰਨਾ ਵੱਡਾ ਜ਼ਿਆਦਾ ਜਿਹੜਾ ਅੱਗਾਂ ਲੱਗਣ ਕਰਕੇ ਨੁਕਸਾਨ ਹੋਇਆ, ਜਿਹੜੀ ਇੰਸ਼ੋਰੈਂਸ ਕੰਪਨੀਆਂ ਆ ਉਹ ਕਹਿੰਦੇ ਪਈ ਕੈਲੀਫੋਰਨੀਆ ਤੋਂ ਭੱਜ ਰਹੀਆਂ ਆ। ਸੋ ਉਹਦਾ ਕਾਰਨ ਇਹ ਆ ਵੀ ਜਿਹੜੀਆਂ ਛੋਟੀਆਂ ਕੰਪਨੀਆਂ ਤਾਂ ਬਹੁਤ ਛੇਤੀ ਜਾਣਗੀਆਂ। ਸੋ ਇਹ ਵੀ ਜ਼ਰੂਰ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਆਪਣੇ ਘਰਾਂ ਦੀਆਂ ਇੰਸ਼ੋਰੈਂਸ ਪੋਲਿਸੀਆਂ ਜ਼ਰੂਰ ਚੈੱਕ ਕਰੋ। ਕਈ ਵਾਰੀ ਕੀ ਹੁੰਦਾ ਆ ਵੀ ਬਹੁਤ ਲੰਮਾ ਸਮਾਂ ਹੁੰਦਾ, ਤੁਸੀਂ ਅਪਡੇਟ ਨਹੀਂ ਕਰਦੇ ਹੈਗੇ, ਕਵਰੇਜ ਵੀ ਘੱਟ ਹੁੰਦੀ ਆ, ਅਤੇ ਕੰਪਨੀ ਵੀ ਉਹਦੀ ਰੇਟਿੰਗ ਵਗੈਰਾ ਜ਼ਰੂਰ ਚੈੱਕ ਕਰ ਲਓ, ਕਿਉਂਕਿ ਅੱਜ ਕੱਲ੍ਹ ਬੜਾ ਈਜ਼ੀ ਆ, ਗੂਗਲ 'ਤੇ ਕੰਪਨੀ ਦਾ ਨਾਂ ਪਾਓ ਅਤੇ ਤੁਹਾਨੂੰ ਰੇਟਿੰਗ ਪਤਾ ਲੱਗ ਜਾਂਦੀ ਆ। ਜੇ ਕਿਸੇ ਕੰਪਨੀ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੀ ਰੇਟਿੰਗ ਘੱਟ ਜਾਂਦੀ ਆ, ਅਤੇ ਉਹ ਚਾਂਸ ਜ਼ਿਆਦਾ ਹੁੰਦੇ ਆ ਵੀ ਹੋ ਸਕਦਾ ਉਹ ਇੱਥੋਂ ਹੋਰ ਜਿੱਦਾਂ ਬੰਦੇ ਕਰ ਦੇਣ ਬਿਜ਼ਨਸ ਕਰਨਾ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ $12 billion ਦਾ ਜਿਹੜਾ ਆਲਰੇਡੀ ਇੰਸ਼ੋਰੈਂਸ ਕੰਪਨੀ ਦਾ ਕਲੇਮ ਹੋ ਚੁੱਕਾ ਆ, ਅਤੇ $1.5 billion ਜਿਹੜਾ ਹੋਰ ਜਿਹੜਾ ਇਹ ਕਾਰ ਫਾਇਰਸ ਆ ਉਹਦੇ ਕਰਕੇ ਐਡ ਹੋਣ ਜਾ ਰਿਹਾ ਹੈਗਾ ਆ। ਸੋ ਜਿਹੜੇ ਗਵਰਨਰ ਬਰਾਊਨ ਆ ਉਹਨਾਂ ਨੇ ਕਈ ਸਾਰੇ ਏਰੀਏ ਜਿਹੜੇ ਐਮਰਜੈਂਸੀ ਡਿਕਲੇਅਰ ਕੀਤੀ ਆ। ਪ੍ਰੈਜੀਡੈਂਟ ਟਰੰਪ ਨੇ ਵੀ ਕਿਹਾ ਆ ਵੀ ਅਸੀਂ ਹੈਲਪ ਕਰਾਂਗੇ, ਈਵਨ ਦੋ ਉਹਨਾਂ ਨੇ ਇਹ ਬਲੇਮ ਕੀਤਾ ਵੀ ਜਿਹੜਾ ਕੈਲੀਫੋਰਨੀਆ 'ਚ ਅੱਗਾਂ ਲੱਗਣ ਦਾ ਮੇਨ ਕਾਰਨ ਜਿਹੜੇ ਉੱਥੇ ਦੇ ਇਨਵਾਇਰਮੈਂਟਲ ਲਾਜ਼ ਹੈਗੇ ਆ। ਪਰ ਹੁਣ ਇਹ ਪਤਾ ਨਹੀਂ ਕਿਹੜੇ ਲਾਜ਼ ਹੈਗੇ ਆ ਜਿਨ੍ਹਾਂ ਕਰਕੇ ਜਿਹੜੀਆਂ ਅੱਗਾਂ ਲੱਗੀਆਂ, ਇਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਲੱਗੂ। ਪਰ ਅੱਜ ਜਿਹੜਾ ਉਹਨੇ ਟਵੀਟ ਕੀਤਾ ਉਹ ਇਹ ਕੀਤਾ ਆ ਵੀ ਜਿਹੜੇ ਕੈਲੀਫੋਰਨੀਆ ਦੇ ਇਨਵਾਇਰਮੈਂਟਲ ਲਾਜ਼ ਕਰਕੇ ਵੀ ਉੱਥੇ ਜੀ ਜਿਹੜੀਆਂ ਪੁਰਾਣੀ ਟਰੀਜ਼ ਉਹਨਾਂ ਨੂੰ ਕਲੀਨ ਨਹੀਂ ਕਰਦੇ, ਹੋਰ ਪਾਣੀ ਜਿਹੜਾ ਉਹ ਦੁਬਾਰਾ ਕੀ ਡੰਪ ਕਰੀ ਜਾਂਦੇ ਹੈਗੇ ਆ ਵੇ ਦੇ ਵਿੱਚ ਜਾਂ ਹੋਰ ਉਹਨੂੰ ਯੂਜ਼ ਨਹੀਂ ਕਰਦੇ। ਸੋ ਇਹ ਜਦੋਂ ਡਿਟੇਲ ਇਹਦੇ ਬਾਰੇ ਇਨਫੋਰਮੇਸ਼ਨ ਆਊਗੀ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅੱਜ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਉੱਤੇ ਜਿਹੜੀਆਂ ਦੁਬਾਰਾ ਰੋਕਾਂ ਆ ਉਹ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਆ। ਪਿਛਲੇ ਪ੍ਰਸ਼ਾਸਨ ਦੇ ਦੁਆਰਾ ਜਿਹੜੀਆਂ ਰੋਕਾਂ ਹਟਾਈਆਂ ਗਈਆਂ ਸੀ ਇਰਾਨ ਦੇ ਉੱਤੋਂ, ਉਹ ਉਹਨਾਂ ਨੇ ਮੁੜ ਦੁਬਾਰਾ ਜਿਹੜੀਆਂ ਇਰਾਨ ਦੇ ਉੱਤੇ ਲਾ ਦਿੱਤੀਆਂ। ਖਾਸ ਕਰਕੇ ਜਿਹੜੇ ਕਹਿੰਦੇ ਵੀ ਪਹਿਲਾ ਰਾਊਂਡ ਨਿਊਕਲੀਅਰ ਸੈਂਕਸ਼ਨਸ ਦਾ ਇਰਾਨ ਦੇ ਉੱਤੇ ਜਿਹੜਾ ਉਹ ਲਾ ਦਿੱਤਾ ਗਿਆ। ਕਹਿੰਦੇ ਵੀ ਇਹ ਟੈਸਟ ਨਹੀਂ ਆ, ਇਹ ਜਿਹੜੀ ਇੱਕ ਪਹਿਲੀ ਜਿਹੜੀ ਇੱਕ ਡੈਡਲਾਈਨ ਜਿਹੜੀ ਆਈ ਆ ਉਸ ਦੇ ਮੁਤਾਬਕ ਉਹਨਾਂ ਨੇ ਫਸਟ ਰਾਊਂਡ ਆਫ ਨਿਊਕਲੀਅਰ ਸੈਂਕਸ਼ਨ ਇਰਾਨ ਦੇ ਉੱਤੇ ਲਾਈਆਂ ਆ, ਅਤੇ ਇਹ ਇੱਕ ਮੈਸੇਜ ਇਰਾਨ ਨੂੰ ਸੈਂਡ ਕਰਨ ਦੇ ਲਈ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਇਰਾਨ ਦੇ ਜਿਹੜਾ ਲੀਡਰ ਅਤੇ ਰਾਸ਼ਟਰਪਤੀ ਆ ਰੂਹਾਨੀ, ਉਹਨਾਂ ਦੇ ਦਰਮਿਆਨ ਕਹਿ ਲਓ ਵੀ ਸ਼ਬਦੀ ਜੰਗ ਜਿਹੜੀ ਆ ਉਹ ਦੇਖੀ ਗਈ ਸੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਹ ਆਖਿਆ ਸੀਗਾ ਵੀ ਕਦੀ ਵੀ ਅਮਰੀਕਾ ਨੂੰ ਜਿਹੜੀ ਆ ਧਮਕੀ ਦੇਣ ਦੀ ਆ ਮੁੜ ਕੇ ਕਿਤੇ ਕੋਸ਼ਿਸ਼ ਜਿਹੜੀ ਆ ਉਹ ਨਾ ਕਰ ਲਿਓ। ਅਤੇ ਨਾਲ ਹੀ ਉਹਨਾਂ ਨੇ ਵੀਕਐਂਡ ਤੋਂ ਪਹਿਲਾਂ ਹੀ ਇੱਕ ਜਿਹੜਾ ਉੱਥੇ ਪੋਰਟ ਹੈਗਾ ਆ ਜਿੱਥੋਂ 12% ਤੇਲ ਪੂਰੇ ਵਿਸ਼ਵ ਦਾ ਲੰਘਦਾ ਆ, ਉੱਥੇ ਉਹਨਾਂ ਨੇ ਬੜੀ ਕਹਿ ਲਓ ਵੀ ਫੌਜੀ ਕਾਰਵਾਈਆਂ ਜਿਹੜੀਆਂ ਅਭਿਆਸ ਜਿਹੜਾ ਆ ਇਰਾਨ ਨੇ ਕੀਤਾ ਸੀ ਇੱਕ ਹਿਸਾਬ ਦੇ ਨਾਲ ਆਪਣੇ ਤਿੱਖੇ ਤੇਵਰ ਜਿਹੜੇ ਉਹ ਦਿਖਾਉਣ ਦੇ ਲਈ। ਅਤੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਫਿਰ ਬਾਅਦ ਦੇ ਵਿੱਚ ਸੱਦਾ ਵੀ ਦਿੱਤਾ ਸੀਗਾ ਇਰਾਨ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਆ ਰੋਹੀਨੀ ਉਹਨਾਂ ਨੂੰ, ਤਾਂ ਜੋ ਉਹ ਕਹਿੰਦੇ ਵੀ ਆ ਕੇ ਕਿਸੇ ਵੀ ਬਗੈਰ ਪ੍ਰੀ ਕੰਡੀਸ਼ਨਸ ਤੋਂ ਉਹ ਮੁੜ ਕੇ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਨਾਲ ਰੈਡੀ ਆ। ਸੋ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਦੇ ਉਹਨਾਂ ਦੇ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਆ ਬੈਂਕਸ ਅਤੇ ਕੰਪਨੀਜ਼ ਆ ਉਹਨਾਂ ਨੂੰ ਕਹਿੰਦੇ ਆ ਵੀ 90 ਦਿਨਾਂ ਦੀ ਮੁਹਲਤ ਉਹਨਾਂ ਨੇ ਹੁਣ ਦਿੱਤੀ ਆ ਵੀ ਕਿਉਂਕਿ ਸੈਂਕਸ਼ਨਸ ਕਹਿੰਦੇ ਆ ਉਹ ਆ ਰਹੀਆਂ ਨੇ ਜਿਹੜੀਆਂ 2015 ਦੇ ਵਿੱਚ ਸੀਗੀਆਂ ਅਤੇ ਉਹ ਹਟਾ ਦਿੱਤੀਆਂ ਸੀਗੀਆਂ ਓਬਾਮਾ ਪ੍ਰਸ਼ਾਸਨ ਨੇ ਕਿਉਂਕਿ ਉਹਨਾਂ ਦੇ ਨਾਲ ਜਿਹੜੀ ਨਿਊਕਲੀਅਰ ਡੀਲ ਹੋਈ ਸੀ ਅਤੇ 5 ਜਿਹੜੇ ਹੋਰ ਯੂਰੋਪੀਅਨ ਮੁਲਕ ਸੀ ਉਹਨਾਂ ਦੇ ਨਾਲ ਮਿਲ ਕੇ। ਸੋ ਉਹ ਹੁਣ ਜਿਹੜੀਆਂ ਉਸ ਦੇ ਵਿੱਚੋਂ ਆਲਰੇਡੀ ਡੀਲ 'ਚੋਂ ਬਾਹਰ ਆ ਚੁੱਕਾ ਹੈ ਅਮੈਰੀਕਾ, ਅਤੇ ਹੁਣ ਉਹਨਾਂ ਉੱਤੇ ਜਿਹੜੀਆਂ ਇਹ ਨਵੀਆਂ ਸੈਂਕਸ਼ਨਸ ਜਿਹੜੀਆਂ 90 ਦਿਨਾਂ ਬਾਅਦ ਜਿਹੜੀਆਂ ਉਹ ਲਾਉਣ ਜਾ ਰਹੇ ਨੇ, ਕਿਉਂਕਿ ਇਹ ਸਭ ਤੋਂ ਵੱਡੀ ਤਾਂ ਇਹਨਾਂ ਦੇ ਉੱਤੇ ਫਾਈਨੈਂਸ਼ੀਅਲ ਜਿਹੜੀ ਕ੍ਰਿਪਲਿੰਗ ਆ ਉਹ ਉਹਨਾਂ ਦੀ ਟਰਾਈ ਕਰ ਰਹੇ ਆ ਵੀ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਜਿਹੜੀ ਕਰੰਸੀ ਆ ਜਾਂ ਉਹਨਾਂ ਨੂੰ ਜਿਹੜਾ ਮਿਲਦਾ ਆ ਡਾਲਰ ਮਿਲਦੇ ਆ ਜਾਂ ਉਹਨਾਂ ਦੀ ਜਿਹੜੀ ਵੀ ਕਰੰਸੀ ਮਿਲਦੀ ਆ ਉਹਨਾਂ ਨੂੰ ਉਸ ਦੇ ਉੱਤੇ ਰੋਕ ਜਿਹੜੀ ਉਹ ਲਾਈ ਜਾ ਸਕੇ, ਉਹਨਾਂ ਦੇ ਜਿਹੜੇ ਐਸੈਟਸ ਆ ਹੋਰ ਜਿਹੜੇ ਖਾਸ ਕਰਕੇ ਅਮੈਰੀਕਾ ਦੇ ਵਿੱਚ ਆ ਉਹਨਾਂ ਉੱਤੇ ਜਿਹੜੀ ਫਰੀਜ਼ ਆ ਉਹ ਕੀਤੀ ਜਾ ਸਕੇ। ਸੋ ਇਹ ਜਿਹੜਾ ਇਹ ਇਲਾਕਾ ਆ ਇਹ ਕਾਫੀ ਆਇਲ ਰਿਚ ਇਲਾਕਾ ਹੈਗਾ ਆ, ਅਤੇ ਇਰਾਨ ਦਾ ਬਹੁਤਾ ਕੰਮ ਵੀ ਜਿਹੜਾ ਆ ਤੇਲ ਦੇ ਨਾਲ ਹੀ ਸੰਬੰਧਿਤ ਜਿਹੜਾ ਆ ਉਹ ਸ਼ੁਰੂ ਤੋਂ ਰਿਹਾ ਆ ਜੀ। ਅਗਲੀ ਖਬਰ ਵੱਲ ਚੱਲੀਏ। ਇੰਡੋਨੇਸ਼ੀਆ ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ, ਲਗਭਗ 7.0 ਕੈਟਾਗਰੀ ਦਾ, ਜਿਹਦੇ ਨਾਲ 91 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ ਆ, ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਘਰ ਆ ਉਹ ਉੱਥੇ ਡਿਸਟਰੋਏ ਹੋ ਗਏ ਹੈਗੇ ਆ। 20,000 ਦੇ ਕਰੀਬ ਲੋਕਾਂ ਨੂੰ ਟੈਂਪਰੇਰੀ ਸ਼ੈਲਟਰਸ ਦੇ ਵਿੱਚ ਰੱਖਿਆ ਗਿਆ ਆ। 200 ਦੇ ਕਰੀਬ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਇਹ ਛੋਟਾ ਜਿਹਾ ਟਾਊਨ ਹੈਗਾ ਆ ਜਿੱਥੇ ਕਹਿੰਦੇ ਟੂਰਿਸਟ ਪਲੇਸ ਹੈਗੀ ਆ, ਜਿੱਥੇ ਲੋਮਬੋਕ ਨਾਮ ਦਾ ਇਹ ਸਿਟੀ ਆ ਜਿੱਥੇ ਐਡਾ ਵੱਡਾ ਭੂਚਾਲ ਆਇਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ, ਇੰਡੋਨੇਸ਼ੀਆ ਇੱਕ ਇੱਦਾਂ ਦਾ ਮੁਲਕ ਆ ਜਿੱਥੇ ਭੂਚਾਲ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਹੈਗੇ ਆ। ਪਿੱਛੇ ਜਦੋਂ ਇੱਕ ਵੱਡਾ ਭੂਚਾਲ ਆਇਆ ਸੀ ਉਹਦੇ ਨਾਲ 9.1 ਅਰਥਕੁਏਕ ਜਦੋਂ ਭੂਚਾਲ ਆਇਆ ਸੀ ਦਸੰਬਰ 2004 ਦੇ ਵਿੱਚ, ਉਹਦੇ ਨਾਲ ਸੁਨਾਮੀ ਵੀ ਟ੍ਰਿਗਰ ਹੋਈ ਸੀ, ਅਤੇ ਕਹਿੰਦੇ ਵੀ 2,30,000 ਦੇ ਕਰੀਬ ਲੋਕ ਜਿਹੜੇ ਡਜ਼ਨਸ ਆਫ ਕੰਟਰੀ ਦੇ ਵਿੱਚ ਮਾਰੇ ਗਏ ਸੀ। ਬਿਲਕੁਲ, ਇਸ ਟਾਈਮ ਕਹਿੰਦੇ 20,000 ਤੋਂ ਵੱਧ ਲੋਕ ਘਰੋਂ ਬੇਘਰ ਜਿਹੜੇ ਆ ਹੋ ਚੁੱਕੇ ਆ, ਜਿੱਦਾਂ ਤੁਸੀਂ ਦੱਸਿਆ ਵੀ 100 ਦੇ ਤਕਰੀਬਨ ਲੋਕ ਜਿਹੜੇ ਮਾਰੇ ਗਏ ਨੇ। ਸੋ ਕਾਫੀ ਜਿਹੜੇ ਉੱਥੇ ਹਾਲਾਤ ਇੱਕ ਹਿਸਾਬ ਦੇ ਨਾਲ ਨਾਜ਼ੁਕ ਜਿਹੜੇ ਉਹ ਬਣੇ ਪਏ ਨੇ। ਹੋਰ ਬਾਕੀ ਮੁਲਕਾਂ ਤੋਂ ਅਤੇ ਉੱਥੋਂ ਦੀ ਜਿਹੜੀਆਂ ਸਰਕਾਰਾਂ ਆ ਉਹਨਾਂ ਲੋਕਾਂ ਨੂੰ ਰਾਹਤ ਸਮੱਗਰੀ ਜਿਹੜੀ ਆ ਪ੍ਰਦਾਨ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸੋ ਹੋਪਫੁਲੀ ਜਿਹੜਾ ਆ ਉੱਥੇ ਮਚਾ ਰਵੇ, ਪਰ ਆਲਰੇਡੀ ਕਾਫੀ ਨੁਕਸਾਨ ਜਿਹੜਾ ਇਸ ਭੂਚਾਲ ਦੇ ਚੱਲਦਿਆਂ ਜਿਹੜਾ ਉੱਥੇ ਹੋ ਚੁੱਕਾ ਹੋਇਆ। ਸੋ ਹੁਣ ਤੱਕ 98 ਲੋਕ ਮਾਰੇ ਜਾ ਚੁੱਕੇ ਆ, ਅਤੇ ਇੰਡੋਨੇਸ਼ੀਆ ਦੇ ਲਾਗੇ ਬਾਲੀ ਜਿਹੜਾ ਇੱਕ ਮੁਲਕ ਵੀ ਹੈਗਾ ਜੀ, ਉੱਥੇ ਵੀ ਟੂਰਿਸਟ ਪਲੇਸ ਆ। ਬਹੁਤ ਸਾਰੇ ਲੋਕ ਕਹਿੰਦੇ ਆ ਭਈ ਇਕੱਲਾ ਇੱਕ ਨਹੀਂ, ਬਹੁਤ ਜ਼ਿਆਦਾ ਅਰਥਕਵੇਕ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆ ਰਹੇ ਆ, ਅਤੇ ਲੋਕ ਬਹੁਤ ਜ਼ਿਆਦਾ ਡਰੇ ਹੋਏ ਹੈਗੇ। ਬਿਲਕੁਲ, ਇੱਕ ਆਈਲੈਂਡ ਹੈਗਾ ਆ ਇੰਡੋਨੇਸ਼ੀਆ ਦਾ ਜਿੱਥੇ ਹੋਇਆ ਆ। ਸੋ ਛੋਟੇ ਛੋਟੇ ਜਿਹੜੇ ਆਈਲੈਂਡਸ ਆ, ਅਤੇ ਕਿਉਂਕਿ ਪਾਣੀ ਦੇ ਇਰਦ ਗਿਰਦ ਇਹ ਹੈਗੇ ਨੇ ਟਾਪੂ ਨੇ, ਅਤੇ ਸਭ ਨੂੰ ਯਾਦ ਹੋਵੇਗਾ ਉਹ ਇੱਕ ਵਾਰੀ ਕਾਫੀ ਸਾਲ ਪਹਿਲਾਂ
ਜਿਹੜਾ ਇੱਕ ਬਹੁਤ ਤਗੜਾ ਜਿਹੜਾ ਭੂਚਾਲ ਆਇਆ ਸੀ, ਜਿਸ ਦੇ ਚੱਲਦਿਆਂ ਬਾਅਦ ਸੁਨਾਮੀ ਵੀ ਆਈ ਸੀ, ਅਤੇ ਹਜ਼ਾਰਾਂ ਹੀ ਲੋਕ ਜਿਹੜੇ ਆ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਉਸਦਾ ਅਸਰ ਸੀ, ਇੰਡੀਆ ਤੱਕ ਜਿਹੜੀਆਂ ਸੁਨਾਮੀ ਵੇਵਸ ਜਿਹੜੀਆਂ ਉਹ ਗਈਆਂ ਸੀ, ਤਾਂ ਉੱਧਰ ਬਹੁਤ ਲੋਕਾਂ ਨੂੰ ਨੁਕਸਾਨ ਹੋਇਆ ਸੀ, ਅਤੇ ਇੱਦਾਂ ਹੀ ਜਿਹੜੇ ਆ ਉੱਥੇ ਵੀ ਇਰਦ ਗਿਰਦ ਬਹੁਤ ਭੂਚਾਲ ਜਿਹੜੇ ਆਏ ਸੀਗੇ, ਅਤੇ ਉਹਦੇ ਨਾਲ ਸੁਨਾਮੀ ਆਉਣ ਕਰਕੇ ਨੁਕਸਾਨ ਹੋਇਆ ਸੀ। ਸੋ ਹੋਪਫੁਲੀ ਜਿਹੜੇ ਇਸ ਵਾਰ ਸੁਨਾਮੀ ਜਿਹੜੀ ਆ ਉਹ ਨਾ ਹੀ ਆਵੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਹਾਂ। ਕੀਜ਼ ਇਲਾਕਾ ਜਿਹੜਾ ਮੋਡੈਸਟੋ ਦੇ ਇਰਦ ਗਿਰਦ ਹੈਗਾ ਆ, ਉੱਥੇ ਇੱਕ ਜਿਹੜਾ ਸਿੱਖ ਪਰਿਵਾਰ ਸੀ, ਇੱਕ ਸਿੱਖ ਬੰਦਾ ਸੀ, ਉਹਨਾਂ ਦੇ ਜਿਹੜੇ ਪਿੱਕੇ ਦੇ ਉੱਤੇ, ਪਿਕਅਪ ਦੇ ਉੱਤੇ ਇੱਕ ਰੇਸਿਸਟ ਮੈਸੇਜ ਜਿਹੜਾ ਆ ਉਹ ਲਿਖਿਆ ਗਿਆ। ਉਸ ਉਹਨਾਂ ਦੇ ਪਿੱਕੇ ਦੇ ਉੱਤੇ ਜਿਹੜਾ ਇੱਕ ਪੇਂਟ, ਕਾਲੇ ਪੇਂਟ ਦੇ ਨਾਲ ਗੋ ਬੈਕ ਟੂ ਯੂਅਰ ਕੰਟਰੀ ਦਾ ਮੈਸੇਜ ਜਿਹੜਾ ਆ ਉਹ ਕੀਤਾ ਗਿਆ। ਅਤੇ ਇਸ ਟਾਈਮ ਇਸ ਪੂਰੇ ਜਿਹੜੇ ਆ ਇਹ ਜਿਹੜਾ ਘਟਨਾ ਵਾਪਰੀ ਆ ਉਸਨੂੰ ਹੇਟ ਕ੍ਰਾਈਮ ਦੇ ਵਜੋਂ, ਨਸਲੀ ਭੇਦਭਾਵ ਦੀ ਜਿਹੜੀ ਆ ਉਸ ਦੇ ਚੱਲਦਿਆਂ ਜਿਹੜਾ ਇਸ ਨੂੰ ਦੇਖਿਆ ਜਾ ਰਿਹਾ ਆ, ਉਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉੱਥੇ ਕੀਤੀ ਜਾ ਰਹੀ ਆ। ਇੱਕ ਜਿਹੜੀ ਕੁੜੀ ਸੀ ਉਸਨੇ, ਜਿਹੜੀ ਕਿ ਗੋਰੀ ਹੋਈ ਸੀਗੀ, ਉਸਨੇ ਇਹ ਮੈਸੇਜ ਪਾਇਆ ਵੀ ਮੇਰੀ ਕਹਿੰਦੀ ਬੈਸਟ ਫਰੈਂਡ ਦੇ ਡੈਡ ਦੇ ਉੱਤੇ, ਡੈਡ ਦੇ ਜਿਹੜੇ ਆ ਟਰੱਕ ਦੇ ਉੱਤੇ ਉਹਨਾਂ ਦੇ ਪਰਿਵਾਰ, ਉਹਨਾਂ ਦੇ ਘਰ ਦੇ ਬਾਹਰ ਇਸ ਤਰੀਕੇ ਦਾ ਜਿਹੜਾ ਮੈਸੇਜ ਆ ਉਹ ਲਿਖਿਆ ਗਿਆ ਹੋਇਆ ਆ। ਅਤੇ ਇਹ ਬਹੁਤ ਜਿਹੜੀ ਇੱਕ ਵੱਡੀ ਸਮੱਸਿਆ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਦੇਖੀ ਗਈ ਆ। ਸੋ ਕਿਤੇ ਨਾ ਕਿਤੇ ਜਿਹੜੇ ਹੁਣ ਲੋਕਾਂ ਦੀ ਭਾਲ ਦੇ ਵਿੱਚ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਜਿਹੜਾ ਕਾਬੂ ਆ ਉਹ ਕੀਤਾ ਜਾ ਸਕੇ, ਵੀ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਕਿੱਦਾਂ ਜਿਹੜਾ ਆ ਉਹ ਫੜਿਆ ਜਾ ਸਕੇ। ਸੈਲਟਿਕ ਕ੍ਰੋਸ ਜਿਹੜਾ ਉਹਨਾਂ ਨੇ ਉਹ ਬਣਾਇਆ ਸੀ ਅਤੇ ਨਾਲ ਜਿਹੜਾ ਉਹ ਲਿਖਿਆ ਸੀ ਗੋ ਬੈਕ ਟੂ ਯੂਅਰ ਕੰਟਰੀ। ਸੋ ਇਕੱਲਾ ਇਹ ਲਿਖਿਆ ਨਹੀਂ ਹੈ, ਇੱਕ ਬੰਦੇ ਨੂੰ ਜਿਹੜਾ ਇੱਕ ਸਿੰਘ ਆ ਉਹਨੂੰ ਉੱਥੇ ਕੁੱਟਿਆ ਵੀ ਗਿਆ ਜਦੋਂ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਜਿਹੜੇ ਸਾਈਨ ਆ ਉਹ ਲਾ ਰਿਹਾ ਸੀ। ਸੋ ਇਹ ਬੜੀ ਹੈਰਾਨੀ ਦੀ ਗੱਲ ਆ ਕਿਉਂਕਿ ਜਿਹੜਾ ਕੀਸ, ਮੋਡੈਸਟੋ, ਟਰਲਕ, ਲਿਵਿੰਗਸਟਨ, ਸਟੋਕਟਨ ਏਰੀਆ ਆ, ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪੰਜਾਬੀ ਰਹਿੰਦੇ ਹੈਗੇ ਆ, ਅਤੇ ਹਜੇ ਵੀ ਜਿਹੜੇ ਲੋਕ ਆ ਮੈਂ ਹੈਰਾਨ ਹਾਂ ਉਹਨਾਂ ਨੂੰ ਇਹ ਪਤਾ ਨਹੀਂ ਵੀ ਇਹ ਕੌਣ ਹੈਗੇ ਆ। ਕ੍ਰਾਈਮ ਚਾਹੇ ਉਹ ਕਿਸੇ 'ਤੇ ਵੀ ਹੋਵੇ, ਚਾਹੇ ਸਿੱਖ 'ਤੇ ਹੋਵੇ, ਚਾਹੇ ਹਿੰਦੂ ਜਾਂ ਮੁਸਲਮਾਨ ਜਾਂ ਕਿਸੇ ਵੀ ਮਿਨੋਰਟੀ 'ਤੇ ਹੋਵੇ, ਉਹ ਮਾੜੀ ਗੱਲ ਹੈਗੀ ਆ। ਅਤੇ ਹੁਣ ਪਰ ਪੂਰੀ ਤਰ੍ਹਾਂ ਜਿਹੜੀ FBI ਵੀ ਆ ਅਤੇ ਸਟੈਨਿਸੁਲਸ ਕਾਉਂਟੀ ਦੀਆਂ ਜਿਹੜੀਆਂ ਜਿੰਨੀਆਂ ਵੀ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹ ਸਾਰੀਆਂ ਇਨਵੋਲਵ ਹੋਈਆਂ ਆ ਵੀ ਅਸੀਂ ਇਸ ਨੂੰ ਐਜ਼ ਏ ਹੇਟ ਕ੍ਰਾਈਮ ਚਾਰਜ ਕਰਨਾ ਆ। ਜੀ ਬਿਲਕੁਲ, ਸੁਰਜੀਤ ਮੱਲੀ ਉਹਨਾਂ ਦਾ ਜਿਹੜਾ ਪਰਿਵਾਰ ਕਹਿੰਦੇ ਆ ਉਹਨਾਂ ਦੇ ਨਾਲ ਇਹ ਜਿਹੜੀ ਘਟਨਾ, ਇਹ ਦੁਖਾਂਤ ਜਿਹੜਾ ਇੱਕ ਹਿਸਾਬ ਨਾਲ ਵਾਪਰਿਆ। ਪਰ ਦੇਖੋ ਹੈਰਾਨੀ ਵਾਲੀ ਗੱਲ ਵੀ ਨਹੀਂ, ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਵੀ ਹੇਟ ਕ੍ਰਾਈਮ ਦੇ ਵਿੱਚ ਵਾਧਾ ਤਾਂ ਜਿਹੜਾ ਡੈਫੀਨੇਟਲੀ ਹੋਇਆ ਹੀ ਹੋਇਆ ਆ, ਅਤੇ ਪਰ ਨਾਲ ਦੇ ਨਾਲ ਜਿਹੜੇ ਚੰਗੇ ਲੋਕ ਆ ਉਹ ਵੀ ਉੱਥੇ ਮੌਜੂਦ ਨੇ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ, ਜਦ ਇਹ ਪੋਸਟ ਬਹੁਤ ਜ਼ਿਆਦਾ ਵਾਇਰਲ ਹੋਈ ਤਾਂ ਉਹਨਾਂ ਦੇ ਇਰਦ ਗਿਰਦ ਜਿਹੜੇ ਲੋਕਲ ਲੋਕ ਨੇ, ਨੇਬਰਸ ਨੇ, ਉਹ ਜਿਹੜਾ ਪਰਿਵਾਰ ਆ ਅਤੇ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਆ ਉਹ ਸਾਰੇ ਜਣੇ ਇਕੱਠੇ ਹੋਏ ਅਤੇ ਸਾਰਿਆਂ ਨੇ ਉਹ ਉਹਨਾਂ ਦੇ ਪਿਕਅਪ ਤੋਂ ਉਹ ਜਿਹੜੇ ਨਿਸ਼ਾਨ ਜਿਹੜੇ ਉਹ ਮਿਟਾ ਵੀ ਦਿੱਤੇ ਸਾਰਿਆਂ ਨੇ ਮਿਲ ਜੁਲ ਕੇ। ਉਹ ਪੋਸਟ ਵੀ ਜਿਹੜੀ ਇਸ ਟਾਈਮ ਬਹੁਤ ਜਿਹੜੀ ਆ ਵਾਇਰਲ ਜਿਹੜੀ ਹੋਈ ਹੋਈ ਆ। ਸੋ ਲੋਕ ਜਿੱਥੇ ਮਾੜੇ ਆ ਉੱਥੇ ਚੰਗੇ ਵੀ ਜਿਹੜੇ ਬਹੁਤ ਹੈਗੇ ਨੇ। ਸੋ ਬਹੁਤੇ ਚੰਗਿਆਂ ਲੋਕਾਂ ਦੇ ਕਰਕੇ ਹੀ ਜਿਹੜੀ ਦੁਨੀਆ ਕਹਿ ਲਓ ਵੀ ਚੱਲਦੀ ਆ। ਅਜਿਹੇ ਕੁਛ ਲੋਕ ਜਿਨ੍ਹਾਂ ਦੇ ਮਨਾਂ ਦੇ ਵਿੱਚ ਇੰਨੀ ਈਰਖਾ ਆ, ਨਫ਼ਰਤ ਆ, ਉਹਨਾਂ ਦੇ ਕਰਕੇ ਜਿਹੜੇ ਬਹੁਤ ਸਾਰੇ ਕਹਿ ਲਓ ਵੀ ਵੱਡੇ ਜਿਹੜੇ ਭਾਈਚਾਰੇ ਆ, ਬਹੁਤ ਸਾਰੇ ਕਹਿ ਲਓ ਵੀ ਕਮਿਊਨਿਟੀਜ਼ ਆ, ਉਹਨਾਂ ਦਾ ਨਾਮ ਵੀ ਜਿਹੜਾ ਉਹ ਬਦਨਾਮ ਹੁੰਦਾ। ਪਰ ਇੱਕ ਜਿਹੜੀਆਂ ਇਹਨਾਂ ਚੀਜ਼ਾਂ ਦੇ ਵਿੱਚ ਡੈਫੀਨੇਟਲੀ ਗੱਲ ਹੈਗੀ ਆ ਹਰਜੋਤ ਸਿੰਘ ਜੀ, ਵੀ ਇਹਨਾਂ ਚੀਜ਼ਾਂ ਦੇ ਵਿੱਚ ਲਗਾਤਾਰ ਜਿਹੜਾ ਉਹ ਵਾਧਾ ਆ ਉਹ ਡੈਫੀਨੇਟਲੀ ਹੋ ਰਿਹਾ ਆ। ਵਾਧਾ ਇਸੇ ਕਰਕੇ ਹੀ ਜਿਹੜਾ ਹੋ ਰਿਹਾ ਵੀ ਲੋਕਾਂ ਦੇ ਵਿੱਚ ਜਿਹੜਾ ਨਸਲੀ ਭੇਦਭਾਵ ਆ ਉਹ ਵਾਧਾ ਆ। ਕੱਲ੍ਹ ਇੱਕ ਰੀਸੈਂਟਲੀ ਪੋਸਟ ਜਿਹੜੀ ਆ ਉਹ ਦੇਖ ਰਿਹਾ ਸੀ ਮੈਂ, ਕਈ ਲੋਕ ਜਿਹੜੇ ਅੱਜ ਕੱਲ੍ਹ ਇਹ ਜਿਹੜਾ ਨਫ਼ਰਤ ਜਿਹੜੀ ਇੰਨੀ ਕੁ ਜ਼ਿਆਦਾ ਜਿਹੜੀ ਕਹਿੰਦੇ ਫੈਲੀ ਹੋਈ ਆ, ਖਾਸ ਕਰਕੇ ਆਪਾਂ ਦੇਖ ਰਹੇ ਵੀ ਕਿੱਦਾਂ ਡਿਵਾਈਡ ਹੋਇਆ ਪਿਆ ਅਮੈਰੀਕਾ ਪੋਲੀਟੀਕਲੀ, ਜਿਹੜਾ ਬਹੁਤ ਜ਼ਿਆਦਾ ਡਿਵਾਈਡ ਆ ਰਿਪਬਲਿਕਨ ਵਰਸਿਸ ਡੈਮੋਕਰੇਟ ਦਾ ਜਿਹੜਾ ਆ। ਕਈਆਂ ਨੇ ਜਿਹੜੀਆਂ ਇਹ ਟੀ ਸ਼ਰਟ ਉੱਥੇ ਪਾ ਕੇ ਕਈ ਜਣੇ ਘੁੰਮ ਰਹੇ ਸੀਗੇ ਵੀ ਕਹਿੰਦੇ ਵੀ ਰਾਦਰ ਬੀ ਵਿਦ ਜਿਹੜੇ ਆ ਰਸ਼ੀਅਨਸ ਦੈਨ ਡੈਮੋਕਰੇਟ। ਸੋ ਇਹ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਇੰਨੀ ਜਿਹੜਾ ਨਫ਼ਰਤ ਆ ਨਾ, ਪੋਲੀਟੀਕਲ ਨਫ਼ਰਤ ਆ, ਉਹ ਬਾਅਦ ਦੇ ਵਿੱਚ
ਹੋਰ ਜ਼ਿਆਦਾ ਨੁਕਸਾਨ ਦੇ ਜਿਹੜੀ ਉਹ ਸ਼ਾਮਿਲ ਨੁਕਸਾਨ ਦੇ ਜਿਹੜੀ ਉਹ ਹੋ ਸਕਦੀ ਹੈ। ਸੋ ਇਸ ਨੂੰ ਜ਼ਰੂਰ ਇਸ ਤੋਂ ਜਿਹੜਾ ਆ ਸਬਕ ਲੈਣ ਦੀ ਜ਼ਰੂਰਤ ਆ ਵੀ ਲੋਕ ਇਕੱਠੇ ਰਹਿਣ ਤਾਂ ਜਿਹੜਾ ਪਿਆਰ ਮੁਹੱਬਤ ਜਿਹੜਾ ਉਹ ਵੱਧਦਾ ਆ, ਕਿਉਂਕਿ ਇਹ ਘਟਨਾ ਵਾਪਰਨ ਤੋਂ ਬਾਅਦ ਦੇ ਵਿੱਚ ਉਹ ਨੇਬਰਹੁੱਡ ਉਹ ਪਰਿਵਾਰਾਂ ਦੇ ਨਾਲ ਜਿਹੜੇ ਬਾਕੀ ਲੋਕ ਆ ਉਹ ਇਕੱਠੇ ਹੋਏ ਨੇ ਅਤੇ ਉਹਨਾਂ ਦੀ ਹੈਲਪ ਦੇ ਲਈ ਜਿਹੜੇ ਉਹ ਆਏ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਨਿਊ ਮੈਕਸੀਕੋ ਦੇ ਵਿੱਚ ਇੱਕ ਪੇਂਡੂ ਏਰੀਏ ਦੇ ਵਿੱਚ ਕਹਿੰਦੇ ਪਈ ਕੱਲ੍ਹ ਪੁਲਿਸ ਵਾਲਿਆਂ ਨੇ 11 ਦੇ ਕਰੀਬ ਬੱਚਿਆਂ ਨੂੰ ਕੁਛ ਕੁ ਜਿਹੜੇ ਲੋਕ ਸੀਗੇ ਉਹਨਾਂ ਦੇ ਕੋਲੋਂ ਛਡਾਇਆ ਹੈਗਾ ਆ। ਉਹ ਜਿਹੜੇ ਬੱਚੇ ਹੈਗੇ ਆ ਕਹਿੰਦੇ ਵੀ 1 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਸੀਗੇ ਅਤੇ ਬਹੁਤ ਸਾਰੇ ਜਿਹੜੇ ਭੁੱਖੇ ਵੀ ਸੀਗੇ ਜਿਨ੍ਹਾਂ ਨੇ ਕਹਿੰਦੇ ਵੀ ਉਹਨਾਂ ਦੀਆਂ ਹੱਡੀਆਂ ਵੀ ਜਿਹੜੀਆਂ ਆ ਬਾਹਰ ਨਿਕਲੀਆਂ ਹੋਈਆਂ ਆ ਅਤੇ ਬਹੁਤ ਚਿਰਾਂ ਤੋਂ ਉਹਨਾਂ ਨੇ ਖਾਣਾ ਵੀ ਨਹੀਂ ਖਾਧਾ ਅਤੇ ਕਈ ਜਿਹੜੇ ਹੈਗੇ ਆ ਉਹ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਰਹਿ ਰਹੇ ਸੀ ਅਤੇ ਬਿਲਕੁਲ ਰਿਮੋਟ ਏਰੀਆ ਜਿਹੜਾ ਨਿਊ ਮੈਕਸੀਕੋ ਦਾ ਆ ਉੱਥੋਂ ਜਿਹੜੇ ਇਹ ਬੱਚਿਆਂ ਨੂੰ ਕੱਢਿਆ ਗਿਆ ਅਤੇ 5 ਅਡਲਟ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਉੱਥੋਂ ਅਰੈਸਟ ਕੀਤਾ ਗਿਆ ਹੈਗਾ ਆ। ਇੱਕ ਤਰ੍ਹਾਂ ਨਾਲ ਕਹਿੰਦੇ ਵੀ ਬੰਦੀ ਬਣਾ ਕੇ ਜਿਹੜੇ ਬੱਚੇ ਰੱਖੇ ਹੋਏ ਸੀ ਜੀ। ਅਤੇ ਇਸ ਤੋਂ ਮਿਲਾਂਗੇ ਇੱਕ ਬ੍ਰੇਕ ਤੋਂ ਬਾਅਦ, ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਅਤੇ ਜਿਹੜੀਆਂ ਖਬਰਾਂ ਦਾ ਸਿਲਸਿਲਾ ਉਹ ਇੱਦਾਂ ਚੱਲਦਾ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਸੁਣ ਰਹੇ ਹੋ ਪੰਜਾਬੀ ਰੇਡੀਓ USA ਔਨ KOBO 1450 AM ਯੂਬਾ ਸਿਟੀ, KIID 1470 AM ਸੈਕਰਾਮੈਂਟੋ ਐਂਡ KWRU 1300 AM ਫ੍ਰੈਸਨੋ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ ਅਮਰੀਕਾ ਵਿੱਚ ਵੀ ਟਰੱਕਿੰਗ ਇੰਡਸਟਰੀ ਵਾਲਿਆਂ ਨੂੰ ਵਧਣ ਵਿੱਚ ਪੂਰੀ ਸਹਾਇਤਾ ਕਰਦੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੋਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 3, 4, 5, 6 ਸਪਤੰਬਰ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕਵੇ, ਸਵੀਟ 245, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916-573-4405, 916-573-4205 ਜਾਂ ਵਿਜ਼ਿਟ aval.com, AVAL.com। हां जी, मैं हां राज गो सैटेलाइट सिटी तो तुहाडा अपना डिश लोकल रिटेलर। डिश पूरे USA दे विच इंटरनेशनल प्रोग्राम्स दा टॉप दा प्रोवाइडर है, जिस दे विच गुरबाणी ताजा तरीन खबरां दे नाल नाल तुसी देख सकदे हो अपने मन पसंदीदा क्रिकेट दे मैच अते कबड्डी वी। पंजाब दी धरती दे नाल तुहानू पूरी तरह जोड़ के रखदा है, जो कि तुहानू उपलब्ध करवांदा है जस पंजाबी, PTC ते विलो क्रिकेट। जो भी तुसी देखना पसंद करदे हो उही तुहानू उपलब्ध करवांदा है। पंजाबी पैकेजेस चों पंजाबी ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫਾਰ ਯੂ, PTC ਫਾਰ ਯੂ ਤੇ ਹੋਰ ਵੀ ਬਹੁਤ ਕੁਛ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530-770-1192, 530-770-1192 ਜਾਂ ਵਿਜ਼ਿਟ ਕਰੋ gosatcity.com। ਇੰਸਟ੍ਰਕਸ਼ਨਸ ਅਪਲਾਈ, ਕਾਲ ਫਾਰ ਡੀਟੇਲਸ। ਸੈਕਰਾਮੈਂਟੋ ਵਿੱਚ ਹਾਈਵੇ 80, I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸਿਨਕਲੇਅਰ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹਨਾਂ ਕੋਲ ਡੀਜ਼ਲ ਟਰੱਕਸ ਲਈ DEF ਵੀ ਉਪਲਬਧ ਹੈ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। 916-372-2893, 9163-72-2893। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, 1 ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916-478-4444, 916-478-4444, ਐਡਰੈਸ 9308 ਐਲਗਰੋਵ ਬੁਲੇਵਾਰਡ ਐਲਗਰੋਵ, ਫਸਟ ਚੋਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਉਹ
ਓਹੋ ਜੀ ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕਵੇਟ ਹਾਲ, 1000 ਤੋਂ ਵੱਧ ਗੈਸਟ ਦੀ ਕਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ, ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ, ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ, ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ, ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ, ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕਵੇਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ, ਗ੍ਰੈਂਡ ਪਵੇਲੀਅਨ ਬੈਂਕਵੇਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਛ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ, ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਸ, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50% ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 530-415-5959, 530-415-5959, ਮੈਨੀ ਹੇਅਰ 530-300-7663, 530-300-7663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਘੀ ਜੀ ਇਹਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮੈਰੀਕਾ, ਅਤੇ ਆਓ ਅੱਗੇ ਵੱਧਦੇ ਹਾਂ ਅਗਲੀਆਂ ਖਬਰਾਂ। ਉਸ ਦੇ ਬਾਅਦ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਇੱਕ ਵਾਰੀ ਫਿਰ ਜਿੰਨੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਅਗਲੀ ਖਬਰ ਵੱਲ ਚੱਲੀਏ। ਵੈਨਜ਼ੂਏਲਾ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਆ ਉਹ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਦੋਂ ਉਹਨਾਂ ਦੇ ਉੱਤੇ ਇੱਕ ਡਰੋਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਦੇ ਵਿੱਚ ਕਹਿੰਦੇ ਵੀ ਕੁਛ ਕੁ ਐਕਸਪਲੋਸਿਵ ਜਿਹੜੇ ਸੀ ਉਹ ਅਪਲੋਡ ਕੀਤੇ ਹੋਏ ਸੀ। ਵੈਨਜ਼ੂਏਲਾ ਦੇ ਜਿਹੜੇ ਪ੍ਰੈਜੀਡੈਂਟ ਹੈਗੇ ਆ ਨਿਕੋਲਸ ਮਡੂਰੋ, ਇਹਨਾਂ ਦੇ ਜਿਹੜਾ US ਵੀ ਕਾਫੀ ਕ੍ਰਿਟਿਕ ਹੈਗਾ ਉਹਨਾਂ ਤੋਂ, ਅਤੇ ਪਰ 6 ਦੇ ਕਰੀਬ ਲੋਕਾਂ ਨੂੰ ਹੁਣ ਉੱਥੇ ਦੀ ਸਰਕਾਰ ਨੇ ਫੜ ਲਿਆ ਹੈਗਾ ਆ। ਬਿਲਕੁਲ, ਇਹ ਅਸੈਸੀਨੇਸ਼ਨ ਅਟੈਂਪਟ ਜਿਹੜੇ ਨਿਕੋਲਸ ਮਡੂਰੋ ਦੇ ਉੱਤੇ ਜਿਹੜਾ ਉਹ ਕੀਤਾ ਗਿਆ, ਉਸ ਟਾਈਮ ਦੇ ਉੱਤੇ ਉਹ ਸਾਰਿਆਂ ਨੂੰ ਆਪਣੇ ਫੌਜ ਦੇ ਨਾਲ ਅਤੇ ਹੋਰ ਕਈਆਂ ਦੇ ਨਾਲ ਜਿਹੜਾ ਆ ਉਹ ਸੰਬੋਧਨ ਜਿਹੜਾ ਉਹ ਕਰ ਰਿਹਾ ਸੀਗਾ। ਅਤੇ ਵੈਨਜ਼ੂਏਲਾ ਪ੍ਰੈਸ ਨੇ ਜਿਹੜਾ ਆ ਪ੍ਰੈਜੀਡੈਂਟ, ਇਨਫੈਕਟ ਉਹਨਾਂ ਦਾ ਇਹ ਮੰਨਣਾ ਹੈ ਵੀ ਕਹਿੰਦੇ ਅਮਰੀਕਾ ਜਿਹੜਾ ਆ ਇਸ ਅਸੈਸੀਨੇਸ਼ਨ ਅਟੈਂਪਟ ਦੇ ਵਿੱਚ ਇਨਵੋਲਵ ਸੀਗਾ। ਜਿਹੜੇ ਮਾਈਕ ਪੋਂਪੇਓ ਸੈਕਰਟਰੀ ਆਫ ਸਟੇਟ ਅਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, ਉਹਨਾਂ ਦੋਨਾਂ ਦੇ ਦੁਆਰਾ ਇਹ ਦੱਸਿਆ ਗਿਆ ਵੀ ਅਮਰੀਕਾ ਦਾ ਇਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵੀ ਜਿਹੜਾ ਉਹ ਹੱਥ ਨਹੀਂ ਹੈਗਾ। ਸੋ ਜਿਹੜੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਦੀ ਕਾਨਫਰੰਸ ਦੇ ਉੱਤੇ ਜਿਹੜੇ ਜੌਨ ਬੋਲਟਨ, ਉਹਨਾਂ ਨੇ ਇਹ ਪਹਿਲੋਂ ਜਿਹੜਾ ਉਹ ਬਿਆਨ ਦਿੱਤਾ ਸੀ, ਅਤੇ ਉਸੇ ਹੀ ਸੇਮ ਕਮੈਂਟਸ ਨੂੰ ਜਿਹੜਾ ਆ ਮਾਈਕ ਪੋਂਪੇਓ ਨੇ ਕਿਹਾ ਵੀ ਜਿੱਦਾਂ ਅੰਬੈਸਡਰ ਬੋਲਟਨ ਨੇ ਜਿੱਦਾਂ ਦੱਸਿਆ ਆ ਵੀ ਇਸ ਦੇ ਵਿੱਚ ਅਮਰੀਕਾ ਦਾ ਕਿਸੇ ਤਰੀਕੇ ਦਾ ਕਨੈਕਸ਼ਨ ਨਹੀਂ ਹੈਗਾ। ਸੋ ਜਦੋਂ ਹਰਜੋਤ ਸਿੰਘ ਜੀ ਇਹ ਸਾਰਾ ਕੁਛ ਵਾਪਰਿਆ ਸੀ, ਅਚਾਨਕ ਡਰੋਨ ਉੱਤੇ ਜਿਹੜਾ ਆ ਉਹ ਹਵਾ ਦੇ ਵਿੱਚ ਹੀ ਜਿਹੜਾ ਧਮਾਕਾ ਜਿਹੜਾ ਹੋਇਆ ਉਹ ਫਟਿਆ ਸੀਗਾ, ਅਤੇ ਉਹਦੇ ਚੱਲਦਿਆਂ ਬਾਅਦ ਦੇ ਵਿੱਚ ਬਹੁਤ ਹਫੜਾ ਦਫੜੀ ਜਿਹੜੀ ਪੂਰੀ ਉੱਥੇ ਮੱਚ ਗਈ ਸੀ। ਸੋ ਕਾਫੀ ਜਿਹੜਾ ਕਹਿੰਦੇ ਆ ਵੀ DJI M-600 ਦੇ ਜਿਹੜੇ ਡਰੋਨਸ ਆ ਉਹਨਾਂ ਨੇ ਵਰਤੇ ਸੀ, ਜਿਹਦੇ ਵਿੱਚ 1 ਕਿਲੋ C4 ਐਕਸਪਲੋਸਿਵ ਜਿਹੜੇ ਆ ਉਹ
ਵਰਤੇ ਗਏ ਆ। ਡੀ ਜੀ ਆਈ ਇੱਕ ਚਾਈਨੀਜ਼ ਕੰਪਨੀ ਹੈਗੀ ਆ ਜਿਹੜੀ ਡਰੋਨਸ ਬਣਾਉਂਦੀ ਆ, ਅਤੇ ਕਾਫ਼ੀ ਇਹਨਾਂ ਦੇ ਜਿਹੜੇ ਡਰੋਨਸ ਆ ਪੋਪੂਲਰ ਹੈਗੇ ਆ। ਸੋ ਉਹ ਤਾਂ ਸ਼ਾਇਦ ਇਸੇ ਕਰਕੇ ਜਿਹੜੇ ਵੀ ਹਮਲਾਵਰ ਸੀ ਉਹਨਾਂ ਨੇ ਉਸਨੂੰ ਵਰਤਿਆ ਸੀਗਾ, ਦੂਰੋਂ ਹੀ ਕਿਤੋਂ, ਬਹੁਤੀ ਦੂਰੋਂ ਵੀ ਨਹੀਂ, ਪਰ ਫਿਰ ਵੀ ਦੇਖੋ ਉਸਦੇ ਲਾਗੇ ਛਾਗੇ ਸੀਗੇ ਜਿਹੜਾ ਉਹ ਕਰ ਰਹੇ ਸੀਗੇ। ਪਰ ਦੇਖੋ ਇਹ ਵੀ ਹਰਜੋਤ ਸਿੰਘ ਜੀ ਗੱਲ ਹੈਗੀ ਆ ਵੀ ਕਿਤੇ ਨਾ ਕਿਤੇ ਇਹ ਵੀ ਸ਼ੱਕ ਹੋ ਰਿਹਾ ਆ ਵੀ ਸ਼ਾਇਦ ਇਹਨਾਂ ਨੇ ਆਪ ਹੀ ਕਰਾਇਆ ਹੋਵੇ। ਰੀਜ਼ਨ ਇਹ ਆ ਵੀ ਜਿਹੜਾ ਬੰਦਾ ਡਰੋਨ ਇੰਨੀ ਫਿਰ ਲਾਗੇ ਵੀ ਲਿਆ ਸਕਦਾ ਅਤੇ ਫਿਰ ਇੰਨੀ ਦੂਰੋਂ ਉਹਨੇ ਕਿਉਂ ਜਿਹੜਾ ਆ ਉਹ ਫਟਾ ਦਿੱਤਾ। ਕਈ ਸਾਰੇ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਉਹਨਾਂ ਨੇ ਹਾਊਸ ਅਰੈਸਟ ਵੀ ਕੀਤੇ ਹੋਏ ਹੈਗੇ। ਹਾਂ ਬਿਲਕੁਲ। ਸੋ ਕਿਉਂਕਿ ਆਪਾਂ ਸਭ ਨੂੰ ਪਤਾ ਵੀ ਉੱਥੇ ਵੈਨੇਜ਼ੁਏਲਾ ਦੇ ਵਿੱਚ ਬਹੁਤ ਹੀ ਮਾੜੇ ਜਿਹੜੇ ਹਾਲਾਤ ਬਣੇ, ਇਕਨੋਮੀ ਬਹੁਤ ਬੈਡ ਚੱਲ, ਬਹੁਤ ਬੈਡ ਚੱਲ ਰਹੀ ਆ, ਅਤੇ ਇਹਨਾਂ ਦੇ ਖਿਲਾਫ ਜਿਹੜਾ ਮਡੋਦੋ ਦੇ ਖਿਲਾਫ ਪ੍ਰੋਟੈਸਟ ਵੀ ਬਹੁਤ ਜਿਹੜੇ ਆ ਹੋ ਰਹੇ ਨੇ। ਸ਼ਾਇਦ ਆਪਣੇ ਆਪ ਨੂੰ ਇੱਕ ਇਸ ਤਰੀਕੇ ਦੇ ਨਾਲ ਕਰਕੇ ਲੋਕਾਂ ਦੇ ਵਿੱਚ ਜਿਹੜੀ ਕਹਿ ਲਓ ਵੀ ਸਿੰਪਥੀ ਜਿਹੜੀ ਆ ਲੈਣ ਦੀ ਇਸ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਹੋ ਸਕਦੀ ਆ। ਪਰ ਜਾਣ ਬੁੱਝ ਕੇ ਉਹਨੇ ਅਮਰੀਕਾ ਦਾ ਵੀ ਜਿਹੜਾ ਇਸ ਦੇ ਵਿੱਚ ਨਾਮ ਜਿਹੜਾ ਉਹ ਫਸਾ ਦਿੱਤਾ ਆ। ਸੋ ਹੁਣ ਦੇਖਦੇ ਹਾਂ ਇਸ ਦੇ ਵਿੱਚ ਬਣਦਾ ਕੀ ਆ। ਹੂਗੋ ਚਾਵੇਜ਼ ਕਈ ਚਿਰ ਤੱਕ ਜਿਹੜਾ ਵੈਨੇਜ਼ੁਏਲਾ ਦੇ ਉੱਤੇ ਉਸਦਾ ਲੀਡਰ ਜਿਹੜਾ ਉਹ ਸੀਗਾ, ਪਿਛਲੇ ਕੁਛ ਸਾਲ ਪਹਿਲਾਂ ਜਿਹੜੀ ਉਸਦੀ ਉਹ ਮੌਤ ਹੋ ਗਈ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਨਿਕਲਸ ਮਡੋਰਾ ਜਿਹੜਾ ਆ ਉਹ ਹੁਣ ਵੈਨੇਜ਼ੁਏਲਾ ਦੇ ਉੱਤੇ ਕਹਿ ਸਕਦੇ ਹਾਂ ਕਾਬਜ਼ ਆ ਰਾਜ ਜਿਹੜਾ ਉਹ ਕਰ ਰਿਹਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੈਪਸੀਕੋ ਕੰਪਨੀ ਹੈਗੀ ਆ ਉਹਦੇ CEO ਜਿਹੜੀ ਇੰਦਰਾ ਨੂਈ ਕਰਕੇ ਇੱਕ ਇੰਡੀਅਨ ਮੂਲ ਦੀ ਲੇਡੀ ਸੀਗੀ, ਬਹੁਤ ਲੰਮੇ ਸਮੇਂ ਤੋਂ ਲਗਭਗ 12 ਸਾਲਾਂ ਤੋਂ ਉਹਨਾਂ ਨੇ ਹੁਣ ਰਿਜ਼ਾਈਨ ਦੇ ਦਿੱਤਾ ਹੈਗਾ ਆ, ਅਤੇ ਉਹਨਾਂ ਦੀ ਜਗ੍ਹਾ 'ਤੇ ਪ੍ਰੈਜ਼ੀਡੈਂਟ ਰਮੋਨ ਲਗੋਰਟਾ ਜਿਹੜੇ 56 ਸਾਲਾਂ ਦੇ ਉਹ ਹੁਣ ਪੈਪਸੀਕੋ ਕੰਪਨੀ ਨੂੰ ਲੀਡ ਕਰਨਗੇ। 62 ਸਾਲਾਂ ਦੀ ਨੂਈ ਜਿਹੜੀ ਆ ਉਹ ਕਹਿੰਦੀ ਵੀ ਮੈਂ ਆਪਣੇ ਸੁਪਨੇ 'ਚ ਵੀ ਕਦੇ ਸੋਚਿਆ ਨਹੀਂ ਸੀ ਵੀ ਇੰਡੀਆ ਵਿੱਚ ਜੰਮ ਕੇ ਵੀ ਮੈਂ ਇੱਥੇ USA ਦੇ ਵਿੱਚ ਆ ਕੇ ਐਡੀ ਵੱਡੀ ਕੰਪਨੀ ਦੀ ਜਿਹੜੀ CEO ਬਣੂੰਗੀ। ਸੋ ਕਹਿੰਦੇ ਵੀ ਉਹਨਾਂ ਦੇ ਕਾਰਜਕਾਲ ਦੌਰਾਨ 79% ਦੇ ਕਰੀਬ ਜਿਹੜਾ ਸ਼ੇਅਰ ਆ ਪੈਪਸੀ ਕੰਪਨੀ ਦੇ ਉੱਪਰ ਗਏ ਹੈਗੇ ਆ, ਜਿਹੜੇ ਫੈਕਟ ਸੈੱਟ ਉਹਨਾਂ ਨੇ ਚੈੱਕ ਕੀਤਾ ਹੈਗਾ ਆ। ਉਹ ਇਸ ਦੇ ਮੁਕਾਬਲੇ ਜਿਹੜੀ ਕੋਕਾ ਕੋਲਾ ਆ ਉਹਨਾਂ ਦੇ 112% ਗਏ ਆ ਅਪ, ਅਤੇ ਜਿਹੜੀ ਹੈਗੀ ਆ ਇਸੇ ਤਰ੍ਹਾਂ ਕਹਿੰਦੇ $3.5 billion ਦਾ ਰੈਵਨਿਊ ਜਿਹੜਾ ਇਨਕਰੀਜ਼ ਹੋਇਆ ਹੈਗਾ। ਜੀ 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 ਜੀ। ਅਗਲੀ ਜਿਹੜੀ ਖਬਰ ਉਸਦੇ ਵੱਲ ਵੱਧਦੇ ਹਾਂ। ਜਿਹੜੇ ਸੈਨੇਟਰ ਰੈਂਡ ਪੌਲ ਆਪਣੇ ਕੁਝ ਸਾਥੀਆਂ ਦੇ ਨਾਲ ਪਿਛਲੇ ਦਿਨੀ ਜਿਹੜੇ ਮੋਸਕੋ ਦੇ ਦੌਰੇ ਦੇ ਉੱਤੇ ਗਏ ਹੋਏ ਸੀਗੇ, ਉੱਥੇ ਉਹਨਾਂ ਨੇ ਰਸ਼ੀਅਨ ਮੈਂਬਰ ਆਫ ਜਿਹੜੇ ਪਾਰਲੀਮੈਂਟਸ ਆ, ਪਾਰਲੀਮੈਂਟ ਦੇ ਜਿਹੜੇ ਮੈਂਬਰ ਆ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਆ। ਰੈਂਡ ਪੌਲ ਜੋ ਕਿ ਕੰਟਕੀ ਤੋਂ ਰਿਪਬਲਿਕਨ ਸੈਨੇਟਰ ਹੈਗੇ ਨੇ, ਉਹਨਾਂ ਨੇ ਜਿਹੜਾ ਆ ਇਹ ਆਖਿਆ ਅਨਾਊਂਸ ਕੀਤਾ ਮੀਟਿੰਗ ਤੋਂ ਬਾਅਦ ਵੀ, ਕਹਿੰਦੇ ਵੀ ਮੈਂ ਬਹੁਤ ਖੁਸ਼ੀ ਨਾਲ ਇਹ ਘੋਸ਼ਣਾ ਕਰ ਰਹੇ ਹਾਂ ਵੀ ਸਾਡਾ ਜਿਹੜਾ ਕੰਟੈਕਟ ਆ ਉਹ ਲਗਾਤਾਰ ਜਿਹੜਾ ਬਰਕਰਾਰ ਰਹੇਗਾ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਆ ਫੋਰਨ ਅਫੇਅਰ ਕਮੇਟੀ ਜਿਹੜੀ ਹੈਗੀ ਆ ਰਸ਼ੀਆ ਦੀ, ਉਹਨਾਂ ਨੂੰ ਅਮਰੀਕਾ ਵਿੱਚ ਆਉਣ ਦਾ ਜਿਹੜਾ ਸੱਦਾ ਦਿੱਤਾ ਹੈ ਵੀ USA ਦੇ ਵਿੱਚ ਆਓ, ਵਾਸ਼ਿੰਗਟਨ 'ਚ ਆ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਵੇ। ਇਹ ਰਾਸ਼ਟਰਪਤੀ ਟਰੰਪ ਅਤੇ ਵਲਾਦੀਮਿਰ ਪੁਤਿਨ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਜਿਹੜੇ ਕਹਿ ਲਓ ਵੀ ਇੱਕ ਸ਼ਾਇਦ ਫੋਲੋ ਅਪ ਜਿਹੜੀ ਆ ਉਹ ਕਹੀ ਜਾ ਸਕਦੀ ਆ। ਅਤੇ ਉੱਥੇ ਮੁਲਾਕਾਤ ਕਰਨ ਦੇ ਲਈ ਜਿਹੜੇ ਸੈਨੇਟਰ ਰੈਂਡ ਪੌਲ ਆ ਉਹ ਗਏ ਸੀ ਹੈਲਸਿੰਕੀ ਦੇ ਵਿੱਚ, ਜਿਹੜੇ ਪਿਛਲੇ ਮਹੀਨੇ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਰਸ਼ੀਅਨ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਜਿਹੜੀ ਆ ਉਹ ਮੀਟਿੰਗ ਹੋਈ ਸੀ। ਉੱਥੇ ਜਿਹੜੇ ਕਿਹਾ ਗਿਆ ਸੀ ਰਾਸ਼ਟਰਪਤੀ ਟਰੰਪ ਨੇ ਵਲਾਦੀਮਿਰ ਪੁਤਿਨ ਨੂੰ ਜਿਹੜਾ ਉਹ ਸੱਦਾ ਜਿਹੜਾ ਦੇ ਦਿੱਤਾ ਸੀ, ਬਾਅਦ ਦੇ ਵਿੱਚ ਉਹ ਸੱਦਾ ਜਿਹੜਾ ਉਹ ਵਾਪਸ ਲੈ ਲਿਆ ਗਿਆ ਸੀਗਾ, ਕਿਉਂਕਿ ਕਾਫੀ ਲੋਕਾਂ ਨੇ ਉਸ ਦੀ ਆਲੋਚਨਾ ਕੀਤੀ ਸੀ ਵੀ ਤੁਸੀਂ ਜਿਹੜੇ ਇੱਕ ਹਿਸਾਬ ਦੇ ਨਾਲ ਜਿਹੜਾ ਡਿਕਟੇਟਰ ਆ, ਸ਼ੈਮ ਡੈਮੋਕ੍ਰੇਸੀ ਦਾ ਜਿਹੜਾ ਡਿਕਟੇਟਰ ਆ ਉਸ ਨੂੰ ਤੁਸੀਂ ਇੱਥੇ ਸੱਦਾ ਕਿਉਂ ਦਿੱਤਾ ਹੈਗਾ ਆ। ਸੋ ਉਹ ਹੁਣ ਦੇਖਦੇ ਹਾਂ ਵੀ ਇਸ ਮੀਟਿੰਗ ਦੇ ਵਿੱਚੋਂ ਹੋਰ ਕਿਹੜੀ ਗੱਲ ਜਿਹੜੀ ਉਹ ਨਿਕਲ ਕੇ ਆਉਂਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਕੱਲ੍ਹ ਨੂੰ ਥੋੜ੍ਹੀ ਜਿਹੀ, ਕੱਲ੍ਹ ਸੰਡੇ ਜਾਣੀ ਕਿ ਐਤਵਾਰ, ਥੋੜ੍ਹੀ ਠੰਡ ਮਹਿਸੂਸ ਹੋਈ। ਕਹਿੰਦੇ ਵੀ 30 ਦਿਨ ਲਗਾਤਾਰ 100 degrees ਤੋਂ ਵੱਧ ਟੈਂਪਰੇਚਰ ਫ੍ਰਿਜ਼ਨੋ 'ਚ ਰਿਹਾ, ਅਤੇ ਕੱਲ੍ਹ ਸੰਡੇ ਨੂੰ 99 degrees ਸੀ। ਸੋ ਚੰਗੀ ਠੰਡ ਪਈ ਆ ਜੀ। ਕਹਿੰਦੇ ਵੀ ਇਹ 2005 ਦਾ ਜਿਹੜਾ ਰੈਕਰਡ ਫ੍ਰਿਜ਼ਨੋ ਜਿਹੜੀ ਸਿਟੀ ਆ ਉਸਨੇ ਤੋੜਿਆ। 21 ਦਿਨ ਲਗਾਤਾਰ 2005 ਦੇ ਵਿੱਚ 100 degrees ਤੋਂ ਵੱਧ ਟੈਂਪਰੇਚਰ ਰਿਹਾ ਸੀ,
ਤੇ ਇਸ ਸਾਲ 30 ਦਿਨ ਲਗਾਤਾਰ 100 ਡਿਗਰੀ ਤੋਂ ਵੱਧ ਜਿਹੜਾ ਟੈਂਪਰੇਚਰ ਆ, ਤੇ ਜੁਲਾਈ 18 ਨੂੰ ਕਹਿੰਦੇ 108 ਡਿਗਰੀ ਟੈਂਪਰੇਚਰ ਸੀਗਾ ਫਰਿਜਨੋ ਦੇ ਵਿੱਚ ਜੀ। ਸੋ ਕਾਫੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਹਾਈ ਫਰਿਜਨੋ ਦੇ ਵਿੱਚ ਰਿਹਾ ਹੈਗਾ। ਇਹਦਾ ਮੇਨ ਕਾਰਨ ਇੱਕ ਯੋਸੇਮਿਟੀ ਏਰੀਆ ਦੇ ਵਿੱਚ, ਜਿਹੜੀ ਯੋਸੇਮਿਟੀ ਵੈਲੀ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਆ, ਉਹ ਵੀ ਹੈਗਾ 90,000 ਏਕੜ ਦੇ ਕਰੀਬ ਜਿਹੜੀਆਂ ਜੁਲਾਈ 13 ਨੂੰ ਅੱਗਾਂ ਉੱਥੇ ਸਟਾਰਟ ਹੋਈਆਂ ਸੀ, ਤੇ ਬਾਹਲੀ ਦੂਰ ਨਹੀਂ ਹੈਗਾ ਯੋਸੇਮਿਟੀ ਫਰਿਜਨੋ ਤੋਂ। ਇਸ ਕਰਕੇ ਜਿਹੜਾ ਇੱਕ ਰੀਜ਼ਨ ਇਹ ਵੀ ਐਡ ਹੋਇਆ ਜਿਹਦੇ ਕਰਕੇ ਜਿਹੜਾ ਟੈਂਪਰੇਚਰ ਆ ਉਹ ਉੱਪਰ ਗਿਆ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਟਵਿੱਟਰਾਂ ਦੇ ਲਈ ਤਾਂ ਆਪਣੇ ਟਵਿੱਟਰ ਦੇ ਉੱਤੇ ਜਿਹੜੇ ਕਰਦੇ ਰਹਿੰਦੇ ਉਸ ਦੇ ਲਈ ਜਾਣੇ ਜਾਂਦੇ ਆ। ਬੀਤੇ ਵੀਕਐਂਡ ਦੇ ਉੱਤੇ ਉਹਨਾਂ ਨੇ ਜਿਹੜਾ ਲਬਰੋਨ ਜੇਮਸ, ਕਾਫੀ ਮਸ਼ਹੂਰ NBA ਦਾ ਜਿਹੜਾ ਪਲੇਅਰ ਹੈਗਾ ਆ, ਉਸ ਨੂੰ ਅਤੇ ਜਿਹੜਾ CNN ਦਾ ਜਿਹੜਾ ਡੌਨ ਲੈਮਨ ਦਾ, ਉਹਨਾਂ ਦੇ ਉੱਤੇ ਜਿਹੜੀ ਟਿੱਪਣੀ ਕੀਤੀ, ਕਹਿੰਦੇ ਲਬਰੋਨ ਜੇਮ ਕਹਿੰਦੇ ਇੰਟਰਵਿਊ ਕੀਤਾ ਗਿਆ ਡੰਬਸਟ ਮੈਨ ਔਨ ਟੈਲੀਵਿਜ਼ਨ ਡੌਨ ਲੈਮਨ, ਅਤੇ ਕਹਿੰਦਾ ਉਹਨੇ ਲਬਰੋਨ ਨੂੰ ਸਮਾਰਟ ਜਿਹੜਾ ਆ ਉਹ ਦਿਖਾਇਆ, ਵਿਚ ਇਜ਼ ਈਜ਼ੀ ਟੂ ਡੂ ਵਿਚ ਇਜ਼ਨਟ ਈਜ਼ੀ ਟੂ ਡੂ, ਜਿਹੜਾ ਉਹਨਾਂ ਨੇ ਕਿਹਾ। ਇਹ ਉਹੀ ਨੇ ਜਿਹੜੇ ਕਿਸੇ ਟਾਈਮ ਦੇ ਉੱਤੇ ਬੜੇ ਫੈਨ ਜਿਹੜੇ ਲਬਰੋਨ ਜੇਮਸ ਦੇ ਰਹੇ ਆ, ਅਤੇ ਬਤੌਰ ਰਾਸ਼ਟਰਪਤੀ ਇੱਦਾਂ ਦੀਆਂ ਭੱਦੀਆਂ ਜਿਹੜੀਆਂ ਟਿੱਪਣੀਆਂ ਕਰਨੀਆਂ ਜਿਹੜੀਆਂ ਸ਼ੋਭਦੀਆਂ ਨਹੀਂ ਆ, ਅਤੇ ਬਹੁਤ ਮਾੜੀ ਗੱਲ ਆ। ਤੁਹਾਡੇ ਕਿਸੇ ਦੇ ਨਾਲ ਵਿਚਾਰਕ ਮਤਭੇਦ ਹੋ ਸਕਦੇ, ਪਰ ਕੀ ਤੁਸੀਂ ਐਜ਼ ਏ ਰਾਸ਼ਟਰਪਤੀ ਕਿੱਦਾਂ ਦੇ ਜਿਹੜੇ ਕੰਮ ਆ ਉਹ ਤੁਸੀਂ ਫੜੇ ਬੈਠੇ ਹੋ? ਜਿੱਦਾਂ ਕਿੰਡਰਗਾਰਟਨ ਵਾਲੇ ਜਿਹੜੇ ਲੜਾਈਆਂ ਨਿਆਣੇ ਜਿਹੜੇ ਲੜਦੇ ਹੁੰਦੇ ਆ, ਬਸ ਉਹੀ ਗੱਲ ਜਿਹੜੀਆਂ ਕਹੀ ਜਾਂਦੇ ਆ। ਉੱਧਰ ਜਿਹੜੇ ਆ ਹੁਣ ਲਬਰੋਨ ਜੇਮਸ ਦੇ ਹੱਕ ਦੇ ਵਿੱਚ ਟਰੰਪ ਦੀ ਜਿਹੜੀ ਵਾਈਫ ਆ ਮਿਲੇਨੀਆ ਟਰੰਪ, ਤੀਜੀ ਵਾਈਫ, ਉਹਨਾਂ ਨੇ ਹੁਣ ਸਟੇਟਮੈਂਟ ਜਿਹੜੀ ਉਹ ਇਸ਼ੂ ਕੀਤੀ ਆ, ਉਹਨਾਂ ਨੇ ਸਪੋਰਟ ਕੀਤੀ ਆ ਲਬਰੋਨ ਜੇਮਸ ਦੀ। ਬਹੁਤ ਸਾਰੇ ਹੋਰ ਵੀ ਜਿਹੜੇ ਹੈਗੇ ਨੇ ਜਿਹੜੇ ਹੋਰ ਪੱਤਰਕਾਰ ਵੀ, ਅਤੇ ਹੋਰ ਬਹੁਤ ਸਾਰੇ ਜਿਹੜੇ ਸਪੋਰਟਸ ਪਰਸਨੈਲਿਟੀ ਆ ਉਹ ਵੀ ਲਬਰੋਨ ਜੇਮਸ ਦੇ ਜਿਹੜੇ ਕਹਿ ਲਓ ਵੀ ਸਮਰਥਨ ਦੇ ਵਿੱਚ ਆਏ ਆ, ਕਹਿੰਦੇ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਬਣਦੀਆਂ ਨਹੀਂ ਆ ਜਿਹੜੀਆਂ ਰਾਸ਼ਟਰਪਤੀ ਟਰੰਪ ਨੇ ਕਹੀਆਂ। ਲਬਰੋਨ ਜੇਮਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਜਿਹਾ ਸਕੂਲ ਜਿਹੜਾ ਸ਼ੁਰੂ ਕੀਤਾ ਆ, ਜਿਹੜੇ ਕਹਿੰਦੇ ਵੀ ਪੂਅਰ ਬੱਚੇ ਆ ਉਹਨਾਂ ਦੇ ਲਈ ਬਿਲਕੁਲ ਫਰੀ ਆ, ਜਿਹੜੇ ਗ੍ਰੈਜੂਏਟ ਹੋਣਗੇ ਆਪਣੇ ਸਕੂਲ ਦੇ ਵਿੱਚੋਂ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਇਸਨੇ ਜ਼ਿੰਮਾ ਜਿਹੜਾ ਉਹ ਹੋ ਚੁੱਕਿਆ ਆ। ਸੋ ਇੱਕ ਇਕੱਲਾ ਇਹ ਬਾਸਕਟਬਾਲ ਪਲੇਅਰ ਹੀ ਨਹੀਂ ਹੈਗਾ, ਆਪਣੀ ਕਮਿਊਨਿਟੀ ਦੇ ਲਈ ਜਿਹੜਾ ਉਹ ਜੋ ਕੁਛ ਵੀ ਕਰ ਰਿਹਾ ਆ ਉਸ ਦੇ ਲਈ ਸਾਰੇ ਜਾਣੇ ਇਸ ਦੀ ਸਰਾਹਣਾ ਜਿਹੜੀ ਕਿਤੇ ਨਾ ਕਿਤੇ ਜਿਹੜੀ ਕਰ ਰਹੇ ਆ, ਅਤੇ ਸਿਰਫ ਅਤੇ ਸਿਰਫ ਕਿਉਂਕਿ ਵਿਚਾਰਕ ਮਤਭੇਦ ਨੇ, ਇਸ ਲਈ ਜਿਹੜੇ ਰਾਸ਼ਟਰਪਤੀ ਟਰੰਪ ਨੇ ਜਿਹੜੀਆਂ ਗੱਲਾਂ ਕੀਤੀਆਂ ਆ ਇਹ ਬਹੁਤਿਆਂ ਨੂੰ ਜਿਹੜੀਆਂ ਰਾਸ ਨਹੀਂ ਆਈਆਂ ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੇ ਸਕੂਲ ਟੀਚਰਸ ਆ ਉਹਨਾਂ ਦੀ ਬੜੀ ਘਾਟ ਆ, ਉਹਦਾ ਮੇਨ ਰੀਜ਼ਨ ਇਹੀ ਆ ਵੀ ਜਿਹੜੇ ਟੀਚਰਸ ਆ ਉਹਨਾਂ ਦੀਆਂ ਤਨਖਾਹਾਂ ਘੱਟ ਹੈਗੀਆਂ, ਅਤੇ ਰਹਿਣ ਦੇ ਲਈ ਜਿਹੜੇ ਏਰੀਏਜ਼ ਕਈ ਹੈਗੇ ਆ ਉੱਥੇ ਬਹੁਤ ਜ਼ਿਆਦਾ ਐਕਸਪੈਂਸਿਵ ਆ। ਕਈ ਏਰੀਆ ਤਾਂ ਕਹਿੰਦੇ ਇੰਨੇ ਆ ਵੀ ਉੱਥੇ ਉਹਨਾਂ ਦਾ 60-70% ਜਿਹੜੀ ਤਨਖਾਹ ਆ ਉਹ ਰੈਂਟ 'ਤੇ ਜਾਂ ਘਰ ਦੀ ਮੋਰਗੇਜ 'ਤੇ ਹੀ ਲੱਗ ਜਾਂਦੀ ਆ। ਸੋ ਇਹਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਵੇਵ ਚੱਲ ਰਹੀ ਆ ਵੀ ਜਿਹੜੇ ਟੀਚਰਸ ਆ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ। ਬਹੁਤ ਸਾਰੇ ਇਲੈਕਟਡ ਆਫਿਸ਼ੀਅਲ ਵੀ, ਪੇਰੈਂਟਸ ਵੀ, ਟੀਚਰਸ ਦੀਆਂ ਯੂਨੀਅਨਸ ਵੀ ਇਹ ਵੀ ਕਹਿ ਰਹੀਆਂ ਵੀ ਸਾਡੀਆਂ ਤਨਖਾਹਾਂ ਜਿਹੜੀਆਂ ਆ ਉਹ ਵਧਾਈਆਂ ਜਾਣ, ਤਾਂ ਕਿ ਹੋਰ ਜਿਹੜੇ ਲੋਕ ਹੈਗੇ ਆ ਨਵੇਂ ਟੀਚਿੰਗ ਪ੍ਰੋਫੈਸ਼ਨ ਵਿੱਚ ਆ ਜਾਣ। ਅਤੇ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੇ ਤਾਂ $10,000 ਬੋਨਸ ਸਾਈਨ ਅਪ ਵੀ ਸ਼ੁਰੂ ਕੀਤਾ ਹੈ ਵੀ ਜੇ ਤੁਸੀਂ 3 ਸਾਲ ਲਗਾਤਾਰ ਸਾਡੇ ਸਕੂਲ ਡਿਸਟ੍ਰਿਕਟ 'ਚ ਰਹੋਗੇ ਤਾਂ ਤੁਹਾਨੂੰ $10,000 ਦਿੱਤਾ ਜਾਊਗਾ, ਕਿਉਂਕਿ ਇਹ ਨਹੀਂ ਚਾਹੁੰਦੇ ਵੀ ਜੁਆਇਨ ਕਰਕੇ 10,000 ਲੈ ਕੇ ਫਿਰ ਤੁਸੀਂ ਛੱਡ ਜਾਓ। ਸੋ ਕਈ ਏਰੀਏਜ਼ ਦੇ ਵਿੱਚ ਜਿਹੜੇ ਟੀਚਰਸ ਨੂੰ ਜਿਹੜੇ ਡਿਸਕਾਊਂਟਡ ਰੈਂਟ ਜਾਂ ਘਰਾਂ ਦੇ ਉੱਤੇ ਦੇਣ ਦੇ ਲਈ ਵੀ ਗੱਲਬਾਤ ਚੱਲ ਰਹੀ ਹੈਗੀ ਆ ਜੀ। ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਰਿਕ ਗੇਟਸ ਜਿਹੜੇ ਪੌਲ ਮੈਨਾਫਰਟ ਦੇ ਜਿਹੜਾ ਇਸ ਟਾਈਮ ਜਿਹੜਾ ਟ੍ਰਾਇਲ ਚੱਲਦਾ ਉਸ ਦੇ ਵਿੱਚ ਕਹਿੰਦੇ ਇਸ ਟਾਈਮ ਸੈਂਟਰ ਸਟੇਜ ਦੇ ਉੱਤੇ ਹੈਗਾ ਆ। ਹੁਣ ਝੂਠ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਆ ਇਸ ਪੂਰੇ ਹੁਣ ਟ੍ਰਾਇਲ ਦੇ ਵਿੱਚੋਂ ਜਿਹੜੀਆਂ ਆ ਉਹ ਨਿਕਲ ਰਹੀਆਂ ਆ। ਸੋ ਪੌਲ ਮੈਨਾਫਰਟ ਦਾ ਕੇਸ ਬੜੀ ਤੇਜ਼ੀ ਦੇ ਨਾਲ ਜਿਹੜਾ ਟ੍ਰਾਇਲ ਆ ਬੜੀ ਤੇਜ਼ੀ ਦੇ ਨਾਲ ਜਿਹੜੀ ਅਦਾਲਤ ਦੇ ਵਿੱਚ ਚੱਲ ਰਿਹਾ ਆ, ਅਤੇ ਜਲਦ ਹੀ ਕਿਹਾ ਜਾ ਰਿਹਾ ਹੈ ਵੀ ਜੂਰੀ ਉਹ ਇਸ ਦੇ ਉੱਤੇ ਜਿਹੜਾ ਫੈਸਲਾ ਵੀ ਉਹ ਸੁਣਾ ਸਕਦੀ ਆ। ਪੌਲ ਮੈਨਾਫਰਟ ਜਿਸ ਦੀ ਉਮਰ 69 ਸਾਲ ਦੱਸੀ ਜਾਂਦੀ ਆ, ਜੇ ਇਹ ਸਾਰੀਆਂ ਚੀਜ਼ਾਂ ਜਿਹੜੇ ਦੋਸ਼ ਇਸ ਦੇ ਉੱਤੇ ਟੈਕਸ ਫਰੋਡ, ਮਨੀ ਫਰੋਡ ਜਿਹੜੇ ਇਸ 'ਤੇ ਸਾਬਤ ਹੋ ਜਾਂਦਾ ਆ, ਤਾਂ ਕਿਹਾ ਜਾ ਰਿਹਾ ਵੀ ਜੂਰੀ ਇਸ ਨੂੰ ਜਿਹੜੀ ਸਾਰੀ ਉਮਰ ਦੇ ਲਈ ਵੀ ਜਿਹੜੀ ਆ ਜੇਲ੍ਹ
ਤੱਕ ਦੀ ਸਜ਼ਾ ਜਿਹੜੀ ਸੁਣਾ ਸਕਦੀ ਹੈ, ਕਨਫਰਮ ਨਹੀਂ ਆ। ਅਜੇ ਜਿਹੜੀ ਜੂਰੀ ਆ ਉਹ ਸਾਰੇ ਟ੍ਰਾਇਲ ਦੀਆਂ ਪ੍ਰੋਸੀਕਿਊਟਰਸ ਅਤੇ ਡਿਫੈਂਸ ਲਾਇਰਸ ਜਿਹੜੇ ਹੈਗੇ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਉੱਧਰ ਜਿਹੜਾ ਰਿਕ ਗੇਟਸ ਆ ਜਿਹਦੇ ਉੱਤੇ ਵੀ ਅਜਿਹੀ ਜਿਹੜੇ ਝੂਠ ਦੇ ਪਰਜਰੀ ਦੇ ਅਤੇ ਹੋਰ ਜਿਹੜੇ ਦੋਸ਼ ਇਸ ਦੇ ਉੱਤੇ ਲੱਗੇ ਹੋਏ ਆ, ਉਸਨੇ ਇਨਫੈਕਟ ਇੱਕ ਪਲੀ ਡੀਲ ਜਿਹੜੀ ਆ ਉਹ ਇਸੇ ਸਾਲ ਦੇ ਸ਼ੁਰੂ ਦੇ ਵਿੱਚ ਪ੍ਰੋਸੀਕਿਊਟਰਸ ਦੇ ਨਾਲ ਕਰ ਰਹੀ ਸੀ। ਕਹਿੰਦਾ ਸੀ ਵੀ ਮੈਂ ਤੁਹਾਨੂੰ ਇਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦੱਸੂੰਗਾ ਅਤੇ ਮੈਨੂੰ ਜਿਹੜੀ ਸਜ਼ਾ ਜਿਹੜੀ ਉਹ ਘੱਟ ਦਿੱਤੀ ਜਾਵੇ। ਪਰ ਫਿਰ ਵੀ ਕਹਿੰਦੇ ਉਸਨੂੰ 5 ਸਾਲ ਦੀ ਘੱਟੋ ਘੱਟ ਸਜ਼ਾ ਹੋਣ ਦੇ ਅਨੁਮਾਨ ਦੱਸੇ ਜਾ ਰਹੇ ਆ। ਅਤੇ ਜਿਹੜੇ ਪਰ ਕਹਿੰਦੇ ਉੱਥੇ ਜਿਹੜੇ ਜੱਜ ਸੀ ਉਹਨਾਂ ਨੇ ਇਨਫੈਕਟ ਥੋੜ੍ਹੀ ਸਜ਼ਾ ਜਿਹੜੀ ਇਸ ਦੀ ਘਟਾ ਦਿੱਤੀ ਸੀ ਕਿਉਂਕਿ ਇਹਨਾਂ ਨੇ ਸਪੈਸ਼ਲ ਕੌਂਸਲ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਸਮਰਥਨ ਇੱਕ ਹਿਸਾਬ ਦੇ ਨਾਲ ਦਿੱਤਾ ਸੀ ਅਤੇ ਉਹਨਾਂ ਦਾ ਸਾਥ ਜਿਹੜਾ ਇਸ 'ਚ ਦਿੱਤਾ ਸੀ। ਸੋ ਇਹ ਰਿਕ ਗੇਟਸ ਆ, ਹੋਰ ਕਿਹੜੇ ਕਿਹੜੇ ਖੁਲਾਸੇ ਆ ਇਸ ਕੇਸ ਦੇ ਵਿੱਚ ਪੌਲ ਮੈਨਾਫੋਰਟ ਵਾਲੇ ਕੇਸ ਦੇ ਵਿੱਚ ਕਰਨਗੇ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੂਗਾ। ਮੈਨਾਫੋਰਟ ਦੇ ਉੱਤੇ ਮਿਲੀਅਨਸ ਆਫ ਡਾਲਰਸ ਜਿਹੜੇ ਆਫਸ਼ੋਰ ਅਕਾਊਂਟਸ ਹੈਗੇ ਆ ਉਹਨਾਂ ਵਿੱਚ ਲਗਾ ਕੇ ਰੱਖਣ ਦੇ ਜਿਹੜੇ ਦੋਸ਼ ਸੀਗੇ ਅਤੇ ਅਲੈਜਡ ਜਿਹੜਾ ਫਰੋਡ ਜਿਹੜਾ ਉਸਨੇ ਇਹ ਕੀਤਾ ਆ। ਅਤੇ ਜੇ ਹੁਣ ਇਹ ਟ੍ਰਾਇਲ ਦੇ ਵਿੱਚ ਉਹ ਸਾਬਤ ਹੁੰਦਾ ਆ ਤਾਂ ਫਿਰ ਇਸ ਨੂੰ ਜਿਹੜੀ ਕਾਫੀ ਵੱਡੀ ਵੀ ਸਜ਼ਾ ਇੱਥੇ ਸੁਣਾਈ ਜਾ ਸਕਦੀ ਆ। ਅਗਲੀ ਹੋਰ ਵੱਲ ਚੱਲੀਏ, ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ। ਅਤੇ ਅੱਜ ਖਬਰ ਆ ਰਹੀ ਹਵਾਈ ਦੇ ਵਿੱਚ ਹੁਣ ਕਹਿੰਦੇ ਕੈਟਾਗਰੀ 4 ਦਾ ਹਰੀਕੇਨ ਹੈਕਟਰ ਉਹ ਜਿਹੜਾ ਬਹੁਤ ਜਲਦੀ ਆ ਰਿਹਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਉੱਥੋਂ ਜਿਹੜੇ ਵੋਲਕੈਨੋ ਆ ਹਵਾਈ ਦੇ ਵਿੱਚ ਇੱਕ ਜਗ੍ਹਾ 'ਚ ਇਰਪਟ ਹੋ ਰਹੇ ਹੈਗੇ ਆ। ਅਤੇ ਅੱਜ ਇਹ ਜਿਹੜੀ ਖਬਰ ਆਈ ਹੈਗੀ ਆ ਵੀ ਹਰੀਕੇਨ ਹੈਕਟਰ ਕੈਟਾਗਰੀ 4 ਦਾ ਜਿਹਦੇ ਨਾਲ 140 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈਗੀ ਆ ਅਤੇ ਇਹ ਕਾਫੀ ਜਿਹੜਾ ਨੁਕਸਾਨ ਉੱਥੇ ਕਰ ਸਕਦਾ ਹੈਗਾ ਆ। ਜੀ, ਰਾਸ਼ਟਰਪਤੀ ਟਰੰਪ ਜਿਹੜੇ ਆ ਟਵਿੱਟਰ ਦੇ ਉੱਤੇ ਜਿਹੜੇ ਇੱਕ ਵਾਰੀ ਫਿਰ ਨਿਊਜ਼ ਦੇ ਖਿਲਾਫ ਜਿਹੜਾ ਫੇਕ ਨਿਊਜ਼ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਅਤੇ ਉੱਧਰ ਜਿਹੜਾ ਡੋਨਲਡ ਟਰੰਪ ਜੂਨੀਅਰ ਨੇ ਜਿਹੜੀ ਮੀਟਿੰਗ ਕੀਤੀ ਸੀ ਉਸਦੀ ਜਿਹੜੀ ਤਸਵੀਰ ਵੀ ਜਿਹੜੀ ਹੁਣ ਸਾਹਮਣੇ ਆਈ ਸੀ ਕੱਲ੍ਹ ਬੀਤੇ ਵੀਕਐਂਡ ਦੇ ਉੱਤੇ, ਉਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਚੀਜ਼ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਆ ਉਹ ਮੰਨੀ ਵੀ ਕਹਿੰਦੇ ਵੀ ਹੋਰ ਲੋਕਾਂ ਦੇ ਕੋਲੋਂ ਆਪਣੇ ਓਪੋਨੈਂਟ ਦੇ ਉੱਤੇ ਇਨਫੋਰਮੇਸ਼ਨ ਜਿਹੜੀ ਲੈਣੀ ਆ ਉਹ ਬੜੇ ਚਿਰ ਤੋਂ ਜਿਹੜਾ ਕੰਮ ਆ ਉਹ ਚੱਲਦਾ ਆ ਰਿਹਾ ਹੈ। ਕਹਿੰਦੇ ਟੋਟਲੀ ਲੀਗਲ ਆ, ਹੁਣ ਇਹ ਨਹੀਂ ਪਤਾ ਇਹਨਾਂ ਨੇ ਕਿਹੜੀ ਕਿਤਾਬ ਪੜ੍ਹ ਕੇ ਕਿਹਾ ਵੀ ਬਾਹਰਲੀ ਫੋਰਸਿਸ ਦੇ ਨਾਲ ਇੱਦਾਂ ਮਿਲ ਕੇ ਓਪੋਨੈਂਟ ਦੇ ਖਿਲਾਫ਼ ਆਪਣੇ ਵਿਰੋਧੀ ਦੇ ਖਿਲਾਫ਼ ਇੱਦਾਂ ਇਨਫੋਰਮੇਸ਼ਨ ਲੈਣੀ, ਖਾਸ ਕਰਕੇ ਬਾਹਰਲੀਆਂ ਸਰਕਾਰਾਂ ਦੇ ਨਾਲ ਮਿਲ ਕੇ ਵੀ ਉਹ ਕਿੰਨੀ ਕੁ ਲੀਗਲ ਹੈਗੀ ਆ। ਅਤੇ ਪੋਲੀਟਿਕਸ ਦੇ ਵਿੱਚ ਚੱਲਦਾ ਆਇਆ ਆ, ਬਿਲਕੁਲ ਲੁਕ ਛਿਪ ਕੇ ਤਾਂ ਸਾਰਾ ਕੁਛ ਚੱਲਦਾ ਆਇਆ, ਗੱਲ ਆ ਵੀ ਜਿਹੜਾ ਫੜਿਆ ਗਿਆ ਉਹੀ ਚੋਰ ਉਹ ਗੱਲ ਹੁੰਦੀ ਆ। ਸੋ ਕਹਿੰਦੇ ਵੀ ਇਹ ਟੋਟਲੀ ਗਲਤ ਗੱਲ ਆ। ਪਹਿਲੋਂ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀ, ਪਹਿਲੋਂ ਕਿਹਾ ਵੀ ਮੀਟਿੰਗ ਜਿਹੜੀ ਆ ਇਹਨਾਂ ਨੇ ਨਿਆਣਾ ਅਡੋਪਟ ਕਰਨ ਦੇ ਲਈ ਕੀਤੀ ਸੀ। ਫਿਰ ਇਹ ਬਹੁਤ ਰੀ ਜਿਹੜਾ ਹੁਣ ਇਹ ਝੂਠ ਜਿਹੜਾ ਇਸ ਦੇ ਵਿੱਚ ਬੋਲਦੇ ਹੋਏ ਜਿਹੜੇ ਫੜੇ ਗਏ ਨੇ, ਪਰ ਗੱਲ ਇਹ ਆ ਵੀ ਕੀ ਲੋਕ ਜਿਹੜੀਆਂ ਇਹ ਗੱਲਾਂ ਨੂੰ ਸਮਝ ਸਕਣਗੇ ਜਾਂ ਨਹੀਂ ਜਾਂ ਕੀ ਹੋਊਗਾ। ਉੱਧਰ ਨਾਲ ਹੀ ਉਹਨਾਂ ਨੇ ਜਿਹੜੇ ਇੱਕ ਜਿਹੜੇ ਡੋਨਲਡ ਟਰੰਪ ਹੋਣਾ ਨੇ ਜਿਹੜੇ ਕੋਬੈਕ ਹੈਗੇ ਆ ਕੈਂਸਸ ਦੇ ਗਵਰਨਰ ਦੇ ਲਈ, ਉਹਨਾਂ ਨੂੰ ਹੁਣੇ ਰੀਸੈਂਟਲੀ ਅੱਧਾ ਕੁ ਘੰਟਾ ਪਹਿਲਾਂ ਜਿਹੜਾ ਟਵੀਟ ਕਰਕੇ ਉਹਨਾਂ ਨੂੰ ਸਮਰਥਨ ਕੀਤਾ, ਉਹਨਾਂ ਨੂੰ ਅੰਡੋਰਸ ਜਿਹੜਾ ਉਹਨਾਂ ਨੇ ਕਰ ਦਿੱਤਾ ਆ। ਕਹਿੰਦੇ ਹੁਣ ਜਿਹੜੀਆਂ ਮੰਗਲਵਾਰ ਨੂੰ ਵੋਟਾਂ ਹੋਣੀਆਂ ਉੱਥੇ ਪ੍ਰਾਇਮਰੀਜ਼ ਦੀਆਂ ਕੈਂਸਸ ਦੇ ਵਿੱਚ, ਅਤੇ ਕਹਿੰਦੇ ਕ੍ਰਿਸ ਕੋਬੈਕ ਹੈਗੇ ਆ ਉਹਨਾਂ ਨੂੰ ਤੁਸੀਂ ਜਿਹੜਾ ਉਹ ਸਮਰਥਨ ਕਰੋ, ਬਹੁਤ ਹੀ ਗ੍ਰੇਟ ਬੰਦਾ ਆ ਅਤੇ ਜਿਹੜਾ ਗਵਰਨਰ ਦੇ ਲਈ ਖੜ੍ਹਾ ਆ ਗ੍ਰੇਟ ਸਟੇਟ ਆਫ ਕੈਂਸਰਸ ਅਤੇ ਫੰਟੈਸਟਿਕ ਗਾਏ ਹੈਗਾ ਆ, ਅਤੇ ਤੁਸੀਂ ਜਿਹੜੇ ਕਹਿੰਦੇ ਆ ਵੀ ਇਸ ਨੂੰ ਜਿਹੜਾ ਸਪੋਰਟ ਕਰੋ। ਉਹਨਾਂ ਨੇ ਆਪਣੇ ਖੇਮੇ ਵਾਲੇ ਬੰਦਿਆਂ ਨੂੰ ਜਿਹੜਾ ਆ ਇਸ ਦਾ ਸਮਰਥਨ ਕਰਨ ਦੇ ਲਈ ਹੁਣ ਆਖਿਆ ਆ। ਜੀ, ਜਿਹੜੀ ਅਗਲੀ ਖਬਰ ਵੱਲ ਚੱਲੀਏ, ਰਾਜਕਰਨਵੀਰ ਸਿੰਘ ਜੀ, ਕੁਝ ਕੁ ਸਰੋਤੇ ਸਾਨੂੰ ਮਿਲਦੇ ਰਹਿੰਦੇ ਆ, ਉਹਨਾਂ ਦਾ ਸੁਜੈਸ਼ਨ ਇਹ ਸੀ ਵੀ ਤੁਸੀਂ ਕਈ ਵਾਰੀ ਜਿਹੜਾ ਖਾਸ ਕਰਕੇ ਇਮੀਗ੍ਰੇਸ਼ਨ ਦਾ ਮੁੱਦਾ ਹੁੰਦਾ ਹੈਗਾ ਆ ਉਹਦੇ 'ਤੇ ਲੋਕਾਂ ਨੂੰ ਡਰਾਉਂਦੇ ਰਹਿੰਦੇ ਆ। ਸਾਡਾ ਮਕਸਦ ਕੋਈ ਕਿਸੇ ਤਰ੍ਹਾਂ ਦਾ ਡਰਾਉਣ ਦਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਇਮੀਗ੍ਰੇਸ਼ਨ ਦੀ ਲੀਗਲ ਐਡਵਾਈਸ ਦੇਣ ਦਾ ਹੁੰਦਾ। ਸਾਡਾ ਮਤਲਬ ਤਾਂ ਇਹ ਹੁੰਦਾ ਵੀ ਜੋ ਕੁਝ ਵਾਪਰ ਰਿਹਾ ਆ ਉਹਨੂੰ ਆਪਾਂ ਤੁਹਾਡੇ ਤੱਕ ਸਾਂਝਾ ਕਰੀਏ ਤਾਂ ਕਿ ਕਿਸੇ ਨਾ ਕਿਸੇ ਨੂੰ ਫਾਇਦਾ ਹੋ ਸਕੇ। ਜਦੋਂ ਤੋਂ ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਬਣਿਆ ਆ ਅਤੇ ਆਈਸ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆ ਉਹਨੂੰ ਇੱਕ ਤਰ੍ਹਾਂ ਨਾਲ ਰੈਡੀਕਲਾਈਜ਼ ਕਰ ਦਿੱਤਾ ਗਿਆ ਆ। ਜੇ ਇਹ ਬਹੁਤ ਲੰਮਾ ਆਰਟੀਕਲ ਆ, ਅੱਜ ਦਾ ਨਿਊਜ਼ ਪੇਪਰ ਹੈਗਾ ਦਾ ਅਟਲਾਂਟਿਕ, ਜੇ ਸਰੋਤਿਆਂ ਨੇ ਪੜ੍ਹਨਾ ਹੋਇਆ ਕਾਫੀ ਲੰਮੇ ਪੇਜਸ ਦਾ, ਕਿਸ ਤਰ੍ਹਾਂ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਆ
ਉਹਨੂੰ ਰੈਡੀਕਲਾਈਜ਼ ਕੀਤਾ ਗਿਆ ਆ, ਕਿਸ ਤਰ੍ਹਾਂ ਉਹਦੇ ਵਿੱਚ ਜਿਹੜੇ ਇੰਪਲਾਈਜ਼ ਚੇਂਜ ਕੀਤੇ ਗਏ ਆ, ਜਿਨ੍ਹਾਂ ਦੀ ਸੋਚਣੀ ਇਮੀਗ੍ਰੈਂਟਸ ਦੇ ਅਗੇਂਸਟ ਹੈਗੀ ਆ, ਉਹਨਾਂ ਨੂੰ ਕਿਸ ਤਰ੍ਹਾਂ ਭਰਤੀ ਕੀਤਾ ਗਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਹੀ ਪ੍ਰੈਜੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਹੋਂਦ ਵਿੱਚ ਆਇਆ ਸੀ ਅਤੇ ਉਹਨਾਂ ਦੇ ਜਿਹੜੇ ਐਕਟਿੰਗ ਡਾਇਰੈਕਟਰ ਆਈਸ ਦੇ ਸੀਗੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਥੋਮਸ ਹੋਮਨ, ਹੁਣ ਤਾਂ ਉਹ ਰਿਟਾਇਰ ਹੋ ਗਏ ਆ, ਅਤੇ ਉਹਨਾਂ ਨੇ ਪਿਛਲੇ ਸਾਲ ਜਦੋਂ ਰਿਟਾਇਰ ਹੋਏ ਆ ਉਹ ਤੋਂ ਪਹਿਲਾਂ ਕਿਹਾ ਸੀ ਵੀ ਜਿਹੜਾ ਸਾਡਾ ਪ੍ਰੈਜੀਡੈਂਟ ਹੈਗਾ ਆ ਉਹਨਾਂ ਨੇ ਆਈਸ ਦੇ ਜਿਹੜੇ ਹੈਂਡ ਕਫਸ ਆ ਉਹ ਔਫ ਕਰ ਦਿੱਤੇ ਹੈਗੇ ਆ। ਪਿਛਲੇ ਸਮਿਆਂ 'ਚ ਆਪਾਂ ਦੇਖਿਆ ਸੀ ਬਹੁਤ ਵਾਰੀ ਜਿਹੜੇ ਆਈਸ ਨਾਲ ਰਿਲੇਟਡ ਆਫਿਸਰਸ ਆ ਉਹ ਕਹਿੰਦੇ ਸੀ ਵੀ ਨਹੀਂ ਸਾਡੀ ਕੋਈ ਪਾਵਰ ਨਹੀਂ, ਅਸੀਂ ਕੁਛ ਕਰ ਨਹੀਂ ਸਕਦੇ ਹੈਗੇ, ਅਤੇ ਪਰ ਹੁਣ ਜਿਹੜੀ ਆ ਉਹਨਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈਗੀ ਆ। 2003 ਦੇ ਵਿੱਚ ਜਿਹੜੀ ਆਈਸ ਆ ਇਹਨੂੰ ਕ੍ਰੀਏਟ ਕੀਤਾ ਗਿਆ ਸੀ, ਇਹਦਾ ਮੇਨ ਰੀਜ਼ਨ ਤਾਂ ਕ੍ਰੀਏਟ ਕਰਨ ਦਾ 9/11 ਜਦੋਂ ਅਟੈਕ ਹੋਇਆ ਸੀ ਅਮੈਰੀਕਾ ਦੇ ਵਿੱਚ, ਉਹ ਤੋਂ ਬਾਅਦ ਜਿਹੜਾ ਇਹ ਐਜ਼ ਏ ਪਾਰਟ ਆਫ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕ੍ਰੀਏਟ ਕੀਤਾ ਗਿਆ ਸੀ, ਜਿਹਦੇ ਵਿੱਚ ਬਹੁਤ ਸਾਰੇ ਸੀਕ੍ਰੇਟ ਸਰਵਿਸ ਅਤੇ ਹੋਰ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਕੋਸਟ ਗਾਰਡ ਸਾਰਿਆਂ ਨੂੰ ਇਨਵੋਲਵ ਕੀਤਾ ਗਿਆ ਸੀ ਤਾਂ ਕਿ ਜਿਹੜਾ ਅਮੈਰੀਕਾ ਦੇ ਵਿੱਚ ਜਿਹੜਾ ਸਿਕਿਉਰਿਟੀ ਰਿਸਕ ਆ ਉਹਨੂੰ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਕੀਤਾ ਜਾਵੇ। 2012 ਦੇ ਵਿੱਚ $18 billion ਦੇ ਕਰੀਬ ਇਮੀਗ੍ਰੇਸ਼ਨ ਇਨਫੋਰਸਮੈਂਟ ਉੱਤੇ ਖਰਚ ਕੀਤੇ ਗਏ ਸੀ, ਸੋ ਇਹ ਅੱਗੇ ਤੋਂ ਅੱਗੇ ਵੱਧਦਾ ਤੇ ਵੱਧਦਾ ਹੀ ਗਿਆ ਅਤੇ ਬਹੁਤ ਲੰਮਾ ਆਰਟੀਕਲ ਆ, ਜੇ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਸਾਨੂੰ ਕਾਫੀ ਘੰਟਾ ਲੱਗ ਸਕਦਾ, ਪਰ ਜਿੰਨੇ ਜਿਹਦਾ ਵੀ ਕਿਸੇ ਸਰੋਤੇ ਦਾ ਇੰਟਰਸਟ ਹੋਵੇ ਵੀ ਕਿਸ ਤਰ੍ਹਾਂ ਜਿਹੜੀ ਆਈਸ ਆ ਇਹਨੂੰ ਇੱਕ ਤਰ੍ਹਾਂ ਨਾਲ ਖਤਰਨਾਕ ਔਰਗਨਾਈਜੇਸ਼ਨ ਬਣਾਇਆ ਗਿਆ ਆ, ਇਹ ਤੁਸੀਂ ਦਾ ਐਟਲਾਂਟਿਕ ਮੈਗਜ਼ੀਨ ਜਿਹੜਾ ਆ ਉਹ ਅੱਜ ਦਾ ਉਹ ਔਨਲਾਈਨ ਪੜ੍ਹ ਸਕਦੇ ਹੋ। ਜੀ ਜੀ, ਅਗਲੀ ਜਿਹੜੀ ਖਬਰ ਉਸ ਦੇ ਨਾਲ ਹੀ ਜਿਹੜੀ ਜੁੜੀ ਹੋਈ ਦੱਸਦੇ ਹਾਂ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਵਾਲੇ ਆ ਅਤੇ ਆਈਸ ਵਾਲੇ ਆ ਉਹਨਾਂ ਨੇ ਮਿਲ ਕੇ ਨਿਊਯਾਰਕ ਦੇ ਵਿੱਚ ਕਹਿੰਦੇ 2 ਦਰਜਨ ਦੇ ਤਕਰੀਬਨ ਲੋਕ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। ਇੱਕ ਵਾਇਰ ਟੈਪ ਇਨਵੈਸਟੀਗੇਸ਼ਨ ਦੇ ਚੱਲਦਿਆਂ ਉਹਨਾਂ ਨੇ 32 ਜਿਹੜੇ ਲੋਕ ਆ ਨਿਊਯਾਰਕ ਸਿਟੀ, ਮੈਸਾਚਿਊਸਟ, ਜਾਰਜੀਆ ਅਤੇ ਫਲੋਰੀਡਾ ਉਹਨਾਂ ਤੋਂ ਇਹਨਾਂ ਇਲਾਕਿਆਂ ਤੋਂ ਉਹਨਾਂ ਨੇ ਗ੍ਰਿਫਤਾਰ ਕੀਤਾ ਆ ਅਤੇ ਸਿਟੀ ਆਫ ਨਿਊਯਾਰਕ ਕਹਿੰਦੇ ਵਾਇਰ ਟੈਪ ਇਨਵੈਸਟੀਗੇਸ਼ਨ ਦੇ ਨਾਲ ਜਿਹੜੀ ਉਹਨਾਂ ਦੀ ਫੋਲੋਅਪ ਜਿਹੜਾ ਉਹ ਕਰ ਰਹੇ ਸੀਗੇ ਅਤੇ ਜਿਹੜੀ ਹੋਮਲੈਂਡ ਸਿਕਿਉਰਿਟੀ ਅਤੇ NYPD ਦੇ ਨਾਰਕੋਟਿਕ ਡਿਪਾਰਟਮੈਂਟ ਵਾਲੇ ਕਰ ਰਹੇ ਸੀ। ਇਹ ਸਾਰੇ ਦੇ ਸਾਰੇ ਜਿਹੜੇ ਆ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ ਲੋਕ ਦੱਸੇ ਜਾਂਦੇ ਨੇ। ਪੁਲਿਸ ਕਮਿਸ਼ਨਰ ਜੇਮਸ ਪੀ ਓਨੀਲ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਇਹ ਗੈਰ ਕਾਨੂੰਨੀ ਤਰੀਕੇ ਦਾ ਕੰਮ ਕੀਤਾ ਜਾ ਰਿਹਾ ਸੀ। ਅੱਜ ਦੀ ਜਿਹੜੀ ਇਸ ਇੰਡਾਈਟਮੈਂਟ ਦੇ ਵਿੱਚ ਇਹ ਸਾਫ਼ ਦੱਸਦਾ ਆ ਵੀ ਜਿਹੜਾ ਨਿਊਯਾਰਕ ਸਿਟੀ ਅਤੇ ਜਿਹੜਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਆ ਉਹ ਇਸ ਚੀਜ਼ ਨੂੰ ਬਰਦਾਸ਼ਤ ਜਿਹੜਾ ਉਹ ਨਹੀਂ ਕਰੂਗਾ ਅਤੇ ਕਹਿੰਦਾ ਅਸੀਂ ਆਪਣੇ ਅਟਰਨੀਜ਼ ਅਤੇ ਇਨਵੈਸਟੀਗੇਟਰਸ ਜਿਹੜੇ ਹੈਗੇ ਨੇ ਸਪੈਸ਼ਲ ਨਾਰਕੋਟਿਕਸ ਪ੍ਰੋਸੀਕਿਊਟਰ ਦੇ ਆਫਿਸ ਦੇ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟਰ ਦੇ ਅਤੇ ਹੋਰ ਬਾਕੀ ਨਾਰਕੋਟਿਕਸ ਗੈਂਗ ਵਾਈਸ ਡਿਟੈਕਟਿਵ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜਾ ਸਾਰਾ ਕੁਛ ਕਰਕੇ ਦਿਖਾਇਆ। ਸੋ ਬੜੇ ਚਿਰ ਤੋਂ ਕਹਿੰਦੇ ਆ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸੀ ਅਤੇ ਉਹਨਾਂ ਉਸ ਦੇ ਵਿੱਚ ਜਿਹੜੇ ਇਹਨਾਂ ਨੇ 32 ਬੰਦਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਹੈਗਾ ਆ, ਵੱਖ ਵੱਖ ਜਿਹੜੇ ਆ ਇਲਾਕਿਆਂ ਦੇ ਵਿੱਚੋਂ, ਨਿਊਯਾਰਕ ਸਿਟੀ, ਮੈਸਾਚਿਊਸਟ, ਜਾਰਜੀਆ ਅਤੇ ਫਲੋਰੀਡਾ। ਇਕੱਲੀ ਇਹ ਅਨਡਾਕੂਮੈਂਟਡ ਇਮੀਗ੍ਰੇਸ਼ਨ ਦੇ ਖਿਲਾਫ ਹੀ ਨਹੀਂ, ਬਾਕੀ ਹੋਰ ਵੀ ਜਿਹੜੀਆਂ ਡਿਫਰੈਂਟ ਕ੍ਰਾਈਮਸ ਚੱਲ ਰਹੇ ਆ ਉਹਨਾਂ ਨੂੰ ਫੜਨ ਦੇ ਵਿੱਚ ਵੀ ਜਿਹੜੀ ਆ ਇਹ ਮਦਦ ਕਰ ਰਹੀ ਆ ਏਜੰਸੀ ਜੀ। ਸੋ ਇਕੱਲੇ ਕਹਿੰਦੇ ਵੀ ਜੇ ਇਮੀਗ੍ਰੇਸ਼ਨ ਮੈਟਰ ਦੀ ਗੱਲ ਕਰਦੇ ਜਾਈਏ ਇਹਦੇ ਤੋਂ ਹਰ ਕੋਈ ਜਿਹੜਾ ਆ ਉਹ ਫਾਇਦਾ ਲੈਣਾ ਚਾਹੁੰਦਾ ਆ, ਚਾਹੇ ਉਹਨਾਂ ਦੇ ਹੱਕ 'ਚ ਬੋਲ ਕੇ ਚਾਹੇ ਅਗੇਂਸਟ ਬੋਲ ਕੇ। ਅਤੇ ਫਿਲਮ ਇੰਡਸਟਰੀ ਨੇ ਵੀ ਕਹਿੰਦੇ ਵੀ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਸਟੋਰੀ ਟੈਲਿੰਗ ਕਰਕੇ ਬਹੁਤ ਸਾਰੀਆਂ ਜਿਹੜੀਆਂ ਮੂਵੀਆਂ ਬਣਾਈਆਂ ਹੈਗੀਆਂ। ਟੌਪ ਦੀਆਂ 10 ਮੂਵੀਜ਼ ਕਹਿੰਦੇ ਜੇ ਇਮੀਗ੍ਰੇਸ਼ਨ ਲਾਈਫ ਦੇ ਉੱਤੇ ਦੇਖਣੀਆਂ ਹੋਣ ਅਤੇ ਇਹ ਵੈਟਰ ਲਾਈਫ 2011, ਇਨ ਅਮੈਰੀਕਾ 2002, ਬਿਗ ਸਿੱਕ 2017 ਅਤੇ ਇਸੇ ਤਰ੍ਹਾਂ ਐਵਲੋਨ 1990 ਦੇ ਵਿੱਚ, ਨੇਮ ਸੇਕ 2006 ਦੇ ਵਿੱਚ ਬਣੀ ਸੀ, ਗ੍ਰੈਂਡ ਟੋਰੀਨੋ 2008 ਦੇ ਵਿੱਚ ਅਤੇ ਮੋਸਕੋ ਔਨ ਦਾ ਹਡਸਨ 1984 ਦੇ ਵਿੱਚ ਅਤੇ ਹਾਓ ਡੈਮੋਕ੍ਰੇਸੀ ਵਰਕਸ ਨਾਓ ਇਹ 2010 ਦੇ ਵਿੱਚ। ਇਹ ਜ਼ਰੂਰ ਜੇ ਕਿਸੇ ਨੂੰ ਟਾਈਮ ਲੱਗੇ ਅਤੇ ਉਹਨਾਂ ਦਾ ਜਿਹੜਾ ਪੋਜ਼ਿਟਿਵ ਸਟੱਫ ਹੈਗਾ ਆ ਉਹ ਇਹਨਾਂ ਮੂਵੀਆਂ ਦੇ ਵਿੱਚ ਦੱਸਿਆ ਗਿਆ ਆ।
ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ, ਪਰ ਜਾਂਦੇ ਜਾਂਦੇ ਜੇ ਗੱਲ ਕਰੀਏ, ਕਹਿੰਦੇ ਵੀ ਜਿਹੜੇ ਬ੍ਰਿਟਿਸ਼ ਵੋਟਰਸ ਆ, ਜਿਨ੍ਹਾਂ ਨੇ ਅੱਜ ਤੋਂ ਕੁਛ ਸਾਲ ਪਹਿਲਾਂ ਬ੍ਰੈਕਸਿਟ ਕਰਨ ਦੇ ਲਈ ਜਿਹੜੀ ਕਹਿ ਲਓ ਵੀ ਰੈਫਰੈਂਡਮ ਜਿਹੜਾ ਉਹ ਦੇ ਦਿੱਤਾ ਸੀਗਾ ਵੀ ਅਸੀਂ ਯੂਰਪੀਅਨ ਸੰਘ ਦੇ ਨਾਲੋਂ ਵੱਖਰੇ ਹੋਣਾ ਆ, ਪਰ ਹੁਣ ਜਿਹੜਾ ਸਮੱਸਿਆ ਜਿਹੜੀ ਇਸ ਟਾਈਮ ਇਹ ਬਣੀ ਪਈ ਆ ਵੀ ਉਹੀ ਲੋਕ ਜਿਹੜੀ ਮੌਜੂਦਾ ਸਰਕਾਰ ਆ ਉਸ ਉੱਤੇ ਜਿਹੜਾ ਬਹੁਤਾ ਭਰੋਸਾ ਆ ਉਹ ਨਹੀਂ ਕਰ ਰਹੇ। ਕਹਿੰਦੇ ਵੀ ਬ੍ਰੈਕਸਿਟ ਨੈਗੋਸੀਏਸ਼ਨ ਦੀ ਜਿਹੜੀ ਹੈਂਡਲਿੰਗ ਥਰੀਸਾ ਮੇ ਦੀ ਸਰਕਾਰ ਜਾਂ ਉਹ ਖੁਦ ਜਿਹੜੀ ਕਰ ਰਹੇ ਆ, ਉਹਨਾਂ ਦਾ ਭਰੋਸਾ ਡਿੱਗ ਕੇ ਸਿਰਫ 22% 'ਤੇ ਜਿਹੜਾ ਉਹ ਆ ਚੁੱਕਾ ਆ। ORP ਇੰਟਰਨੈਸ਼ਨਲ ਪੋਲਸਟਰ ਨੇ ਜਿਹੜਾ ਆ ਇਹ ਆਂਕੜੇ ਆ ਹੁਣੇ ਜਿਹੜੇ ਆ ਉਹ ਦੱਸੇ ਨੇ, ਅਤੇ ਉਹਨਾਂ ਨੇ ਕਿਹਾ ਵੀ ਜਿਹੜੇ ਇਸ ਪੋਲ ਦੇ ਵਿੱਚ 2000 ਅਡਲਟਸ ਜਿਹੜੇ ਆ ਉਹ ਉਹਨਾਂ ਨੇ ਸ਼ਾਮਿਲ ਹੋਏ ਸੀ, ਉਹਨਾਂ ਵਿੱਚੋਂ ਜਿਹੜੇ 60% ਵੋਟਰਸ ਆ ਉਹ ਕਹਿੰਦੇ ਆ ਵੀ ਉਹ ਕੌਨਫੀਡੈਂਟ ਨਹੀਂ ਹੈਗੇ ਵੀ ਜਿਹੜੀ ਥਰੀਸਾ ਮੇ ਆ ਉਹ ਇੱਕ ਵਧੀਆ ਰਾਈਟ ਡੀਲ ਜਿਹੜੀ ਆ ਉਹ ਬਣਾ ਸਕਣਗੇ। ਅਤੇ ਨਾਲ ਦੇ ਨਾਲ ਹੀ ਜਿਹੜਾ ਆ ਇਹ ਜਿਹੜੀ ਇਹ ਚੀਜ਼ ਪਿਛਲੇ ਮਹੀਨੇ 56% ਸੀ ਅਤੇ ਇਸ ਮਹੀਨੇ ਘੱਟ ਕੇ ਬਾਅਦ ਦੇ ਵਿੱਚ ਹੁਣ 22% ਦੇ ਉੱਤੇ ਉਹ ਆ ਚੁੱਕੀ ਆ। ਸੋ ਇਹ ਕਾਫੀ ਜਿਹੜਾ ਇੱਕ ਸਮੱਸਿਆ ਵਾਲਾ ਕੰਮ ਜਿਹੜਾ ਬ੍ਰਿਟੇਨ ਦੇ ਲਈ ਬਣਿਆ ਪਿਆ ਆ। ਸਰਕਾਰ ਉਹਨਾਂ ਦੀ ਮਤਲਬ ਡਿੱਗਣ ਵਾਲੀ ਆ, ਕੁਛ ਨਾ ਕੁਛ ਤਾਂ ਖਤਰਨਾਕ ਚੱਲ ਰਿਹਾ ਮਾਹੌਲ ਉੱਥੇ। ਹਾਂਜੀ ਹਾਂਜੀ ਬਿਲਕੁਲ। ਸੋ ਇਹ ਕਾਫੀ ਜਿਹੜੀ ਸਿਚੁਏਸ਼ਨ ਇਸ ਟਾਈਮ ਬੈਡ ਉੱਥੇ ਦੀ ਬਣੀ ਪਈ ਆ। ਸੋ ਕਈ ਤਾਂ ਉੱਥੇ ਇਹ ਕਹਿ ਰਹੇ ਸੀ ਕਿ ਇੱਕ ਨਵਾਂ ਰੈਫਰੈਂਡਮ ਉੱਥੇ ਦੁਬਾਰਾ ਹੋਣਾ ਚਾਹੀਦਾ ਆ ਵੀ ਅਸੀਂ ਬ੍ਰੈਕਸਿਟ ਦੇ ਵਿੱਚੋਂ ਜਿਹੜਾ ਉਹ ਬਾਹਰ ਨਿਕਲਣਾ ਚਾਹੁੰਦੇ ਹਾਂ, ਵੀ ਜਿਹੜਾ ਬ੍ਰੈਕਸਿਟ ਕੀਤਾ ਹੈ ਕਿਤੇ ਨਾ ਕਿਤੇ ਗਲਤੀ ਜਿਹੜੀ ਆ ਉਹ ਹੋ ਗਈ ਸੀ। ਜਿਹੜੀ ਪਿਛਲੀ ਇਸ ਤੋਂ ਪਹਿਲੀ ਜਿਹੜੀ ਹਰਜੋਤ ਸਿੰਘ ਦੀ ਸਰਕਾਰ ਸੀ ਉਹ ਬ੍ਰੈਕਸਿਟ ਦੇ ਖਿਲਾਫ਼ ਸੀਗੀ ਅਤੇ ਉਹ ਬ੍ਰੈਕਸਿਟ ਦਾ ਰੈਫਰੈਂਡਮ ਵੀ ਹਾਰ ਗਏ ਅਤੇ ਉਹ ਖੁਦ ਵੀ ਜਿਹੜੀ ਆ ਉਹ ਸੱਤਾ ਤੋਂ ਬਾਹਰ ਹੋ ਗਏ ਸੀ। ਅਤੇ ਹੁਣ ਜਿਹੜੇ ਉਦੋਂ ਬਹੁਤ ਡੀਕਾਂ ਮਾਰਦੇ ਸੀ ਵੀ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ, ਹੁਣ ਉਹਨਾਂ ਦੇ ਵੀ ਪੱਲੇ ਜਿਹੜਾ ਕਹਿ ਲਓ ਵੀ ਕੁਛ ਨਿਕਲ ਨਹੀਂ ਰਿਹਾ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਬੜੇ ਵੱਡੇ ਵੱਡੇ ਜਿਹੜੇ ਮਨਿਸਟਰ ਆ ਉਹ ਰਿਜ਼ਾਈਨ ਕਰ ਚੁੱਕੇ ਆ, ਕਿਉਂਕਿ ਉਹ ਲੱਗ ਰਿਹਾ ਆ ਉਹਨਾਂ ਨੂੰ ਵੀ ਥਰੀਸਾ ਮੇ ਦੇ ਕੋਲੋਂ ਜਿਹੜੀ ਇਹ ਗੱਲ ਬਣਦੀ ਨਹੀਂ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸਨ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।